ਉੱਚੇ ਪਿੰਡ ਦੀ ਲੋਕੇਸ਼ਨ ਸ਼ੂਟ ਦੇ ਉੱਪਰ, ਅਤੇ ਉੱਚੇ ਪਿੰਡ ਦੀ ਲੋਕੇਸ਼ਨ ਸ਼ੂਟ ਸੱਚੀ ਬਹੁਤ ਉੱਚੀ ਜਗ੍ਹਾ 'ਤੇ ਚੱਲ ਰਹੀ ਆ। ਅੰਦਾਜ਼ਾ ਲਾ ਲਓ ਜੀ ਮੈਂ ਕਿੰਨੇ ਟੌਪ ਦੇ ਉੱਪਰ ਖੜ੍ਹਾ, ਅਤੇ ਸਾਡੇ ਸਾਹਮਣੇ ਚੱਲ ਰਿਹਾ ਫਿਲਮ ਦਾ ਸ਼ੂਟ। ਇਹ ਫਿਲਮ ਉੱਚਾ ਪਿੰਡ ਨਹੀਂ ਹੈਗਾ, ਇਹਦੀਆਂ ਗੱਲਾਂ ਵੀ ਉੱਚੀਆਂ ਆ, ਲੋਕੇਸ਼ਨ ਇਹਨਾਂ ਨੇ ਚੁਣ ਚੁਣ ਕੇ ਲੱਭੀਆਂ, ਅਤੇ ਇਹ ਲੋਕੇਸ਼ਨ ਵੀ ਪੰਜਾਬੀ ਇੰਡਸਟਰੀ ਵਿੱਚ ਮੈਨੂੰ ਲੱਗਦਾ ਪਹਿਲੀ ਵਾਰੀ ਯੂਜ਼ ਹੋਣ ਲੱਗੀ ਆ। ਆਪਾਂ ਹੁਣ ਪਹੁੰਚਣ ਲੱਗੇ ਹਾਂ ਸੈੱਟ ਦੇ ਉੱਪਰ, ਦੇਖਦੇ ਹਾਂ ਸੈੱਟ ਦੇ ਉੱਪਰ ਕਿੱਦਾਂ ਦਾ ਮਾਹੌਲ ਆ, ਕਰਨ ਲੱਗੇ ਹਾਂ ਸਾਰੀ ਕਾਸਟ ਦੇ ਨਾਲ ਗੱਲਬਾਤ, ਅਤੇ ਚੱਲਦੇ ਹਾਂ ਆਪਾਂ ਥੱਲੇ, ਅਤੇ ਆਪਾਂ ਕਰਦੇ ਹਾਂ ਸਾਰੀ ਟੀਮ ਦੇ ਨਾਲ, ਡਾਇਰੈਕਸ਼ਨ ਟੀਮ ਦੇ ਨਾਲ, ਕਾਸਟ ਦੇ ਨਾਲ ਗੱਲਬਾਤ ਉੱਚਾ ਪਿੰਡ ਫਿਲਮ ਬਾਰੇ। ਆ ਜਾਓ ਮੇਰੇ ਨਾਲ, ਆਪਾਂ ਚਲੀਏ। ਫਿਲਮ ਉੱਚਾ ਪਿੰਡ ਦਾ, ਅਤੇ ਨਵਦੀਪ ਕਲੇਰ ਜੀ ਅਤੇ ਰਿੱਕੀ ਸਰ ਇਸ ਫਿਲਮ ਦੇ ਡਾਇਰੈਕਟਰ ਸਾਡੇ ਨਾਲ ਖੜ੍ਹੇ ਆ ਜੀ। ਭਾਅ ਜੀ ਕਿੱਦਾਂ ਚੱਲ ਰਿਹਾ? ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ ਜੀ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ ਆਇਆਂ ਨੂੰ ਤੁਹਾਨੂੰ ਜੀ। ਇਹ ਕਿੱਦਾਂ ਚੱਲ ਰਿਹਾ ਸ਼ੂਟਿੰਗ? ਗਰਮੀ ਵਿੱਚ ਤੁਸੀਂ ਸਾਰੇ ਕੰਮ 'ਤੇ ਲਾਏ ਹੋ ਜੀ? ਭਾਅ ਜੀ ਸ਼ੂਟਿੰਗ 'ਚ ਗਰਮੀ ਲੱਗਦੀ ਹੀ ਨਹੀਂ, ਸਾਰਿਆਂ ਦਾ ਧਿਆਨ ਕੰਮ 'ਚ ਰਹਿੰਦਾ, ਅਤੇ ਸਾਰੇ ਆਪਣੇ ਆਪਣੇ ਕੰਮ 'ਚ ਮਸਤ ਆ, ਸਗੋਂ ਵਿਹਲੇ ਬੈਠੇ ਹੋਏ ਬੰਦਾ ਫਿਰ ਗਰਮੀ ਲੱਗਦੀ, ਤੁਹਾਨੂੰ ਵੀ ਨਹੀਂ ਲੱਗਣੀ ਥੋੜ੍ਹੀ ਦੇਰ 'ਚ। ਹੋਰ ਨਵਦੀਪ ਭਾਅ ਜੀ ਕਿੱਦਾਂ ਦਾ ਐਕਸਪੀਰੀਅੰਸ ਚੱਲ ਰਿਹਾ ਐਜ਼ ਏ ਹੀਰੋ? ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਪਹਿਲੀ ਫਿਲਮ ਜੀ। ਥੈਂਕ ਯੂ ਸੋ ਮਚ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਪੰਜਾਬੀ ਟੇਸ਼ਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸੈੱਟ 'ਤੇ ਪਹੁੰਚੋ। ਬਾਈ ਜੀ ਨੇ ਕਿਹਾ ਜੀ ਮੈਂ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਅਤੇ ਕਿੱਦਾਂ ਲੱਗ ਰਿਹਾ ਅੱਜ ਸੈੱਟ ਦੇ ਉੱਪਰ? ਸਭ ਹਰ ਆਰਟਿਸਟ ਦੀ ਇੱਕ ਖੁਆਇਸ਼ ਹੁੰਦੀ ਹੈ ਵੀ ਮੈਂ ਇੱਕ ਨਾ ਇੱਕ ਨਾ ਉਸ ਮੁਕਾਮ 'ਤੇ ਪਹੁੰਚਾਂ ਜਦੋਂ ਮੈਂ ਐਜ਼ ਏ ਲੀਡ ਕੰਮ ਕਰਾਂ ਕਿਸੇ ਮੂਵੀ ਦੇ ਵਿੱਚ, ਅਤੇ ਅੱਜ ਮੇਰਾ ਸੁਪਨਾ ਪੂਰਾ ਹੈ। ਰਿੱਕੀ ਬਾਈ ਹੋਣਾ ਦੀ ਬਦੌਲਤ ਇਹਨਾਂ ਨੇ ਮੈਨੂੰ ਚਾਂਸ ਦਿੱਤਾ, ਅਤੇ ਮੈਨੂੰ ਤਾਂ ਬਾਹਲੀ ਵਧੀਆ ਲੱਗ ਰਿਹਾ, ਬਹੁਤ ਖੁਸ਼ ਹਾਂ ਮੈਂ ਤਾਂ, ਵੈਰੀ ਹੈਪੀ, ਥੈਂਕ ਯੂ ਸੋ ਮਚ ਬਾਈ। ਅਤੇ ਸਰ ਥੋੜ੍ਹੀ ਜਿਹੀ ਫਿਲਮ ਦੀ ਡਿਸਕ੍ਰਿਪਸ਼ਨ ਵੀ ਦੇ ਦਿਓ, ਮੂਵੀ ਕਿਸ ਬੇਸ 'ਤੇ ਬਣਾ ਰਹੇ ਹੋ ਜੇ ਤੁਸੀਂ ਸ਼ੇਅਰ ਕਰਨਾ ਚਾਹੋ ਹੁਣ ਜੀ? ਸਾਨੂੰ ਤਾਂ ਆਦਤ ਆ ਨਾ, ਅਸੀਂ ਤਾਂ ਗੱਲ ਕਢਾਉਣੀ ਆ। ਡਿਸਕ੍ਰਿਪਸ਼ਨ ਤਾਂ ਬਹੁਤੀ ਲੰਬੀ ਡਿਟੇਲ 'ਚ ਤਾਂ ਨਹੀਂ ਦੇ ਸਕਦੇ, ਬਟ ਐਕਸ਼ਨ ਫਿਲਮ, ਸਸਪੈਂਸ, ਥ੍ਰਿਲ, ਸਾਰਾ ਕੁਛ ਆ, ਇੱਕ ਅਲੱਗ ਔਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਹੋਪ ਕਿ ਸਾਰਿਆਂ ਨੂੰ ਚੰਗਾ ਲੱਗੂਗਾ, ਪਸੰਦ ਆਊਗਾ। ਇਹ ਇੱਕ ਨਵੀਂ ਲੋਕੇਸ਼ਨ ਦੇਖ ਰਹੇ ਅਸੀਂ ਨਾ, ਆਲੇ ਦੁਆਲੇ ਕ੍ਰੈਚਰ ਟਾਈਪ, ਪਹਿਲਾਂ ਤਾਂ ਮੈਨੂੰ ਲੱਗਦਾ ਇਹ ਪ੍ਰੋਡਕਸ਼ਨ ਟੀਮ ਨੂੰ ਮੁਬਾਰਕਾਂ ਲੱਭੀ ਇਹ ਮਤਲਬ ਲੋਕੇਸ਼ਨ ਲੱਭੀ ਹੈ। ਕਿੱਦਾਂ ਦਾ ਪਲਾਨ ਚੱਲ ਰਿਹਾ ਅੱਜ, ਕੀ ਸ਼ੂਟ ਚੱਲ ਰਿਹਾ ਜੀ? ਅੱਜ ਚੱਲ ਰਿਹਾ ਹੈਗਾ ਜੀ ਆਪਣੇ ਇੱਕ ਐਕਸ਼ਨ ਦਾ ਸੀਨ ਹੀ ਹੈ, ਹਾਂ, ਜਿਹਦੇ 'ਚ ਥੋੜ੍ਹਾ ਜਿਹਾ ਵਾਰਦਾਤ ਟਾਈਪ ਹੋਊਗਾ ਇੱਥੇ। ਅੱਛਾ, ਵਾਰਦਾਤ ਕਰੋਗੇ? ਵਾਰਦਾਤ ਹੋਊਗੀ। ਅਤੇ ਭਾਅ ਜੀ ਠੀਕ ਆ, ਕੰਟੀਨਿਊ ਤੁਸੀਂ ਕਰੋ ਆਪਣਾ ਸ਼ੂਟ ਸਟਾਰਟ, ਅਤੇ ਆਪਾਂ ਤੁਹਾਨੂੰ ਮਿਲਦੇ ਵਿੱਚ ਡਿਸਟਰਬ ਕਰਦੇ ਰਹਾਂਗੇ। ਇੱਦਾਂ ਕੋਈ ਗੱਲ ਨਹੀਂ, ਟਾਈਮ ਨਹੀਂ ਫਾਈਮ। ਥੈਂਕ ਯੂ ਵੀਰੇ, ਥੈਂਕ ਯੂ। ਬਾਬਾ ਜੀ ਕੀ ਹਾਲ ਚਾਲ ਹੈ? ਬਾਬਾ ਠੀਕ ਹੈ, ਤੂੰ ਸੁਣਾ ਕਰ। ਬਾਬਾ ਜੀ ਕੀ ਕਰ ਰਹੇ? ਬੜੇ ਮੇਕਅਪ ਸ਼ਿਪ ਹੈ, ਸਾਰਾ ਕ੍ਰਿਊ ਮੇਕਅਪ ਵਾਲਾ ਤੁਹਾਡੇ ਨਾਲੇ ਖੜਾ ਵੀ ਖੜਿਆ ਹੈ। ਦੇਖੋ ਇਹਨਾਂ ਨੂੰ ਪੈਸੇ ਦਿੱਤੇ, ਇਹਨਾਂ ਨੂੰ ਕਰਨਾ ਪੈਣਾ, ਪੈਸੇ ਦਿੱਤੇ ਨਾ ਕਰਨਾ ਪੈਣਾ, ਇਹਨਾਂ ਨੂੰ ਕਰਨਾ ਪੈਣਾ, ਮਜਬੂਰੀ ਹੈ ਇਹਨਾਂ ਦੀ। ਇਹ ਆਪ ਕੀ ਕਰ ਰਹੇ ਹੈ ਇਨਕੇ ਸਾਥ? ਕੌਨ ਸਾ ਗੈਟਅਪ ਦੇ ਰਹੇ ਹੈ? ਦਿਸ ਇਜ਼ ਨਿਊ ਗੈਟਅਪ, ਮੂਵੀ ਮੇ ਬਹੁਤ ਅੱਛਾ ਇਨਕਾ ਗੈਟਅਪ ਹੈ, ਵੋ ਮੂਵੀ ਦੇਖਨੇ ਕੇ ਬਾਅਦ ਪਤਾ ਚਲੇਗਾ। ਅਭੀ ਨਹੀਂ ਰਿਵੀਲ ਕਰ ਸਕਤੇ। ਇੰਨਾ ਟਾਈਮ ਜਦੋਂ ਲੱਗਦਾ ਹੈ ਤਿਆਰ ਕਰਨ ਲਈ, ਫਿਰ ਬੰਦਾ ਕਿੱਦਾਂ ਦਾ ਫੀਲ ਕਰਦਾ? ਪੂਰੀ ਫੀਲਿੰਗ ਆਉਂਦੀ ਹੈ ਵੀ ਹਾਂ ਵੀ ਚੜ੍ਹਾਈ ਅੱਜ ਤਾਂ। ਦੇਖੋ ਐਕਟਿੰਗ ਆਪਣੇ ਆਪ ਦੇ ਵਿੱਚ ਵੈਸੇ ਫੀਲਿੰਗ ਵਾਲਾ ਪੇਸ਼ਾ, ਅਤੇ ਬਾਕੀ ਹਰ ਇੱਕ ਕਰੈਕਟਰ ਨੂੰ ਜਿਵੇਂ ਓਬਜ਼ਰਵ ਕਰਦੇ ਹਾਂ ਉਸ ਹਿਸਾਬ ਦਾ ਉੱਦਾਂ ਦਾ ਮਾਹੌਲ ਰਹਿਣਾ, ਅਤੇ ਲੱਗੇ ਹੋਏ ਹਾਂ ਕਰਨ, ਅਤੇ ਸਾਰਿਆਂ ਨੂੰ ਵਧੀਆ ਲੱਗੂਗਾ। ਹੁਣ ਤੁਹਾਡਾ ਸੀਨ ਅਗਲਾ, ਤੁਹਾਡਾ ਸੀਨ ਹੈ ਜੀ? ਆਪਣਾ ਸੀਨ ਅਗਲਾ ਲੜਨਾ ਜਾ ਕੇ ਕਹਿੰਦੇ ਮੈਨੂੰ, ਜਿੱਦਾਂ ਡਾਇਰੈਕਟਰ ਸਾਹਿਬ ਅਤੇ ਨਦੀਪ ਸਾਹਿਬ ਨੇ ਦੱਸਿਆ ਕਿ ਐਕਸ਼ਨ ਸੀਨ ਆ, ਫਿਰ ਇਸ ਲੁੱਕ ਦੇ ਵਿੱਚ ਐਕਸ਼ਨ? ਐਕਸ਼ਨ ਨਹੀਂ ਹੈਗਾ, ਇਹ ਟਸ਼ਨ। ਹਾਂ ਅੱਛਾ, ਟਸ਼ਨ ਹੈ। ਐਕਸ਼ਨ ਤੋਂ ਪਹਿਲਾਂ ਜਿਹੜਾ ਟਸ਼ਨ ਹੁੰਦਾ ਨਾ, ਉਹ ਹੈਗਾ। ਹਾਂ ਜਿਵੇਂ ਪੰਜਾਬੀ ਟੇਸ਼ਨ ਹੈ, ਇਹ ਟਸ਼ਨ ਹੈ।
ਆਹ ਗੱਲ ਹੈ, ਪ੍ਰਮੋਸ਼ਨ ਆਪਣੀ ਵੀ ਛੱਡਣੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ। ਪੰਜਾਬੀ ਟੇਸ਼ਨ ਤੇ ਇਹ ਹੈਗਾ ਉੱਚਾ ਪਿੰਡ ਦਾ ਟੇਸ਼ਨ, ਉੱਚਾ ਪਿੰਡ ਲਈ ਤਾਂ ਹੀ ਉੱਚੀਆਂ ਉੱਚੀਆਂ ਜਗ੍ਹਾ ਲਈਆਂ ਜੀ। ਐਂ ਹੀ ਹੈ ਜੀ, ਫਿਰ ਦੇਖੋ ਟਾਈਟਲ ਦੇ ਹਿਸਾਬ ਨਾਲ ਡਾਇਰੈਕਟਰ ਸਾਹਿਬ ਨੇ ਲੋਕੇਸ਼ਨਾਂ ਚੂਜ਼ ਕੀਤੀਆਂ ਨੇ, ਤੇ ਭਾਜੀ ਤੁਹਾਡਾ ਸ਼ੂਟ ਰੈਡੀ ਆ ਤੇ ਬਸ ਆਪਾਂ ਦੇਖਦੇ ਹਾਂ, ਖਿੱਚਦੇ ਕੰਮ ਨੂੰ। ਉਹਨੇ ਦੁਬਾਰਾ ਤੁਹਾਨੂੰ ਤੰਗ ਕਰਨ ਬਾਬਾ ਜੀ ਦਾ ਆਸ਼ੀਰਵਾਦ ਲੈਣ। ਸਾਡੇ ਉੱਧਰ ਸ਼ਿੰਦਾ ਭਲਵਾਨ ਜੀ ਰੈਡੀ ਨੇ ਕੁਸ਼ਤੀ ਕਰਾਉਣ ਲਈ, ਉੱਧਰ ਬਾਕੀ ਤੁਸੀਂ ਉਹਨਾਂ ਨੂੰ ਪੁੱਛੋ ਵੀ ਕੀ ਕਰਦੇ ਨੇ, ਲੱਭਦੇ ਜੀ ਸ਼ਿੰਦਾ ਸਾਹਿਬ ਨੂੰ ਵੀ ਲੱਭਦੇ ਇੱਥੇ। ਅਗਲੀ ਇਹ ਸਕਰੀਨ ਤੇ ਉੱਥੇ ਬੈਠ ਗਿਆ ਤੇ ਚਲੋ ਜੀ ਟੇਕ ਰੈਡੀ ਆ, ਆਪਾਂ ਕਰਦਾ ਤੁਹਾਡੇ ਕੋਲ ਟੇਕ ਰੈਡੀ ਆ, ਦੇਖਦੇ ਆ ਪਹਿਲਾਂ ਟੇਕ ਦੇਖਦੇ ਆ। ਜੀ ਸਰ ਕੀ ਹਾਲ ਚਾਲ ਹੈ ਜੀ? ਬਹੁਤ ਅੱਛੇ, ਬਹੁਤ ਵਧੀਆ ਜੀ। ਕਿਵੇਂ ਚੱਲ ਰਿਹਾ ਉੱਚਾ ਪਿੰਡ ਦਾ ਸ਼ੂਟ? ਉੱਚਾ ਪਿੰਡ ਦਾ ਸ਼ੂਟ ਬਹੁਤ ਅੱਛਾ ਚੱਲ ਰਿਹਾ, ਉੱਚੇ ਹੀ ਚੱਲ ਰਹੇ, ਉੱਚੀਆਂ ਜਗ੍ਹਾ ਤੇ ਕਰ ਰਹੇ ਹੋ ਤੁਸੀਂ, ਸਾਹਮਣੇ ਦੇਖੋ ਕਿੰਨਾ ਅੱਛਾ ਨਜ਼ਾਰਾ। ਇਹ ਤੁਸੀਂ ਭਲਵਾਨ ਨੂੰ ਰੈਡੀ ਕਰ ਰਹੇ ਹੋ ਤਾਂ ਤੁਸੀਂ, ਮੈਨੂੰ ਲੱਗਦਾ ਤੁਸੀਂ ਕਰਦੇ ਨੇ ਕਬੱਡੀ? ਨਹੀਂ, ਮੈਨੂੰ ਬਹੁਤ ਸ਼ੌਕ ਸੀ ਪਹਿਲਾਂ, ਮੈਂ ਕਬੱਡੀ ਖੇਡਦਾ ਰਿਹਾ ਤੇ ਉਹਦੇ ਨਾਲ ਫਿਰ ਥੀਏਟਰ ਦਾ ਤੇ ਹੁਣ ਫਿਲਮਾਂ ਚੱਲ ਰਹੀਆਂ ਨੇ। ਜਿਹੜਾ ਤੁਹਾਡਾ ਗਾਂਧੀ ਫਿਲਮ ਦਾ ਵੀ ਕਰੈਕਟਰ ਸੀਗਾ ਨਾ, ਮਤਲਬ ਅੱਖਾਂ ਬੋਲਦੀਆਂ ਸੀਗਾ, ਇੰਨਾ ਵੀ ਜਿਹੜਾ ਹੋਣਾ ਸੀ ਸ਼ੂਟ ਦੇਖੋ ਵੀ ਅੱਖਾਂ ਬੋਲਦੀਆਂ, ਅੱਖਾਂ ਦਾ ਕੋਈ ਖਾਸ ਵਰਕ ਕਰਦੇ ਕੁਝ? ਨਹੀਂ ਵਰਕ ਨਹੀਂ, ਖੈਰ ਥੀਏਟਰ ਆ, ਸਾਨੂੰ ਥੀਏਟਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬਾਕੀ ਜਿਹੜਾ ਇਸ ਫਿਲਮ ਦਾ ਕਰੈਕਟਰ ਉੱਚਾ ਪਿੰਡ ਦਾ, ਸੋ ਸਾਡੇ ਇਸ ਫਿਲਮ ਦਾ ਡਾਇਰੈਕਟਰ ਹਰਜੀਤ ਰਿੱਕੀ ਭਾਅ ਜੀ, ਸੋ ਉਹਨਾਂ ਨੇ ਮੈਨੂੰ ਇਹ ਬਹੁਤ ਸੋਚ ਕੇ ਦਿੱਤਾ ਇਹ ਕਰੈਕਟਰ ਵੀ ਇਸ ਤਰ੍ਹਾਂ ਦਾ ਨੈਗੇਟਿਵ ਕਰੈਕਟਰ ਆ ਔਰ ਤੇਰੇ ਦੇ ਬਹੁਤ ਸੂਟ ਕਰਦਾ, ਸੋ ਮੈਂ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਮੈਨੂੰ ਇਹਨਾਂ ਨੇ ਐਸਾ ਚਾਂਸ ਦਿੱਤਾ, ਸੋ ਬੜਾ ਅੱਛਾ ਲੱਗ ਰਿਹਾ ਅੱਜ ਮੇਰਾ ਪਹਿਲਾ ਦਿਨ ਸ਼ੂਟ 'ਤੇ, ਸੋ ਦੇਖਦੇ ਅੱਛੇ ਹੁਣ ਕਰ ਰਹੇ ਹਾਂ ਵਧੀਆ, ਇੰਜੋਏ ਕਰ ਰਹੇ ਪੂਰਾ ਹੀ ਆਪਣੇ ਕਰੈਕਟਰ, ਪੂਰਾ ਆਨੰਦ ਆ ਰਿਹਾ ਸਾਰਾ ਯੂਨਿਟ ਬਹੁਤ ਅੱਛਾ। ਇਸ ਕਰੈਕਟਰ ਦੀ ਇੱਕ ਖਾਸ ਗੱਲ ਦੱਸਣੀ ਹੈ ਤੁਸੀਂ, ਆਹ ਕਰੈਕਟਰ 'ਚ ਬਹੁਤ ਖਾਸ ਕੀ? ਦੇਖੋ ਖਾਸ ਇਹ ਆ ਵੀ ਮੇਰਾ ਅੱਜ ਫਸਟ ਆ, ਜਿਸ ਤਰ੍ਹਾਂ ਮੈਨੂੰ ਕਰੈਕਟਰ ਸਮਝਾਇਆ ਕਿ ਬਹੁਤ ਹੀ ਦਮਦਾਰ, ਬੜਾ ਮਤਲਬ ਰੋਬਦਾਰ ਕਰੈਕਟਰ ਆ, ਸੋ ਉਹਦੇ 'ਚ ਬੜੀ ਮਿਹਨਤ ਕਰਨੀ ਪੈਣੀ, ਬੜੀ ਮਤਲਬ ਜੋ ਦਿਖਾਉਣਾ ਪੈਣਾ ਸਾਨੂੰ, ਜੋ ਉਹ ਅਸਲ ਕਰੈਕਟਰ ਆ। ਤੁਹਾਡਾ ਸ਼ੂਟ ਰੈਡੀ ਆ ਜੀ, ਆਪਾਂ ਬਾਅਦ ਮਿਲਦੇ ਹਾਂ। ਥੈਂਕ ਯੂ ਥੈਂਕ ਯੂ ਥੈਂਕ ਯੂ। ਪਿੰਡ ਦਾ ਸ਼ੂਟ ਬਹੁਤ ਜ਼ਬਰਦਸਤ ਚੱਲ ਰਿਹਾ ਅਤੇ ਜਿਹਨਾਂ ਨੇ ਚਲਾਇਆ ਸਾਡੇ ਨਾਲ ਬੈਠੇ ਆ, ਜਿਹਨਾਂ ਨੇ ਪਹਿਲਾਂ ਪੈਨਸਲ ਨਾਲ ਚਲਾਇਆ, ਨਰਿੰਦਰ ਅੰਮ੍ਰਿਤਸਰੀਆ ਭਾਅ ਜੀ ਕੀ ਹਾਲ ਚਾਲ ਹੈ? ਬਹੁਤ ਵਧੀਆ ਭਾਅ ਜੀ, ਤੁਸੀਂ ਆਪਣਾ ਸੁਣਾਓ। ਅਤੇ ਭਾਅ ਜੀ ਕਿੱਦਾਂ ਚੱਲ ਰਿਹਾ ਫਿਲਮ ਦਾ ਸ਼ੂਟ, ਜਿੱਦਾਂ ਤੁਸੀਂ ਸੋਚਿਆ ਪ੍ਰੋਪਰ ਉੱਦਾਂ ਹੀ ਚੱਲ ਰਿਹਾ ਨਾ? ਹਾਂ ਹਾਂ ਬਿਲਕੁਲ ਉੱਦਾਂ ਹੀ ਚੱਲ ਰਿਹਾ, ਅੱਜ ਅਖਾੜੇ ਦਾ ਇੱਕ ਸ਼ਾਟ ਹੈਗਾ, ਉਹ ਅਸੀਂ ਲੈ ਕੇ ਹਟੇ ਹਾਂ, ਹੁਣ ਬਹੁਤ ਮਜ਼ਾ ਆ ਰਿਹਾ, ਤੁਸੀਂ ਦੱਸੋ? ਸਾਨੂੰ ਤਾਂ ਪੂਰਾ ਮਜ਼ਾ ਆ ਰਿਹਾ, ਮੇਨ ਗੱਲ ਇਹ ਵੀ ਇੰਨੀ ਗਰਮੀ ਆ ਪਰ ਫਿਰ ਵੀ ਆਰਟਿਸਟ ਇੰਨਾ ਇੰਜੋਏ ਕਰ ਰਿਹਾ। ਮੈਂ ਡਾਇਰੈਕਟਰ ਸਾਹਿਬ ਨੂੰ ਪੁੱਛਾਂ ਗਰਮੀ ਲੱਗਦੀ, ਕਹਿੰਦਾ ਕੰਮ 'ਚ ਇੰਨੇ ਮਗਨ ਹੋਏ ਪਤਾ ਨਹੀਂ ਲੱਗਦਾ ਗਰਮੀ। ਬਿਲਕੁਲ ਸਹੀ ਗੱਲ ਹੈ, ਅਸੀਂ ਸਵੇਰੇ 4 ਵਜੇ ਦੇ ਉੱਠੇ ਹੋਏ ਹਾਂ, ਹੁਣ ਟੇਕ ਤੁਸੀਂ ਦੇਖੋ ਕਿੰਨੇ ਵਜੇ ਲੈ ਰਹੇ ਹਾਂ ਅਸੀਂ, ਪਰ ਐਨਰਜੀ ਸਾਰਿਆਂ 'ਚ ਪੂਰੀ ਹੈ, ਸਾਰੇ ਕਰੈਕਟਰ ਪੂਰੇ ਆਪਣੇ ਕਰੈਕਟਰ ਨੂੰ ਇੰਜੋਏ ਕਰ ਰਹੇ ਆ ਅਤੇ ਮਜ਼ਾ ਆ ਰਿਹਾ। ਬਹੁਤ ਕਿੰਨਾ ਕੁ ਟਾਈਮ ਲੱਗਿਆ ਭਾਅ ਜੀ ਤੁਹਾਨੂੰ ਇਸ ਫਿਲਮ ਦੀ ਕਹਾਣੀ ਲਿਖਣ? ਕਹਾਣੀ ਲਿਖਣ ਨੂੰ ਤਾਂ ਕਾਫੀ ਟਾਈਮ ਲੱਗ ਗਿਆ ਇਹਨੂੰ, ਘੱਟੋ ਘੱਟ 6 ਮਹੀਨੇ ਲੱਗ ਗਏ ਇਹਨੂੰ ਕਹਾਣੀ ਨੂੰ ਲਿਖਦੇ ਲਿਖਦੇ, ਅੱਜ ਉਹ ਕਹਾਣੀ ਦੇ ਸ਼ਾਰਟ ਪੜ੍ਹਦੇ ਤਿਆਰ ਹੈ, ਬੜਾ ਅੱਛਾ ਲੱਗ ਰਿਹਾ। ਕਿਤੇ ਥੋੜ੍ਹਾ ਜਿਹਾ ਰੰਗ ਤੁਸੀਂ ਦਿਖਾ ਰਹੇ ਹੋ ਆਪਣੇ ਐਕਟਿੰਗ ਵਾਲੇ ਵੀ? ਨਹੀਂ ਨਹੀਂ ਨਹੀਂ, ਮੇਰਾ ਕੰਮ ਲਿਖਣਾ ਹੈ ਬਸ, ਇਹੀ ਹੋ ਜੇ ਬਹੁਤ। ਸ਼ਾਇਦ ਕਈ ਵਾਰੀ ਹੁੰਦਾ ਨਾ ਵੀ ਰਾਈਟਰ ਕਹਿੰਦੇ ਵੀ ਥੋੜ੍ਹਾ ਥੋੜ੍ਹਾ ਕੱਦ ਲੜ ਲਾ ਸੀ, ਮੈਂ ਕਿਹਾ ਵੀ ਭਲਵਾਨ ਵਾਲਾ ਸੀ ਨਾ ਵੀ ਤੁਸੀਂ ਜੇ ਨਹੀਂ, ਅਸੀਂ ਭਲਵਾਨੀ ਆਪਣੇ ਵੱਲੋਂ ਆਪਣੀ ਕਾਪੀ 'ਤੇ ਦਿਖਾ ਦਿੱਤੀ ਹੈ ਅਤੇ ਹੁਣ ਆਡੀਅੰਸ 'ਤੇ ਆ, ਉਹਨਾਂ ਨੂੰ ਉਹ ਇਸ ਭਲਵਾਨੀ ਨੂੰ ਦਾਤ ਦਿੰਦੇ ਆ, ਕਿੱਦਾਂ ਲੱਗਦਾ? ਅਤੇ ਨਵਦੀਪ ਕਲੇਰ ਜੀ ਦੀ ਪਹਿਲੀ ਫਿਲਮ ਐਜ਼ ਏ ਲੀਡ ਹੀਰੋ, ਮਜ਼ਾ ਆ ਰਿਹਾ ਉਹਨਾਂ ਨਾਲ ਕੰਮ ਕਰਕੇ, ਕਿਉਂਕਿ ਜਿੱਦਾਂ ਦਾ ਉਹਨਾਂ ਦਾ ਸੁਭਾਅ ਆ ਆਪਾਂ ਉਹਨਾਂ ਨੂੰ ਜਾਣਦੇ ਹਾਂ ਵੀ ਪੂਰਾ ਫਨ ਚੰਨ ਰੱਖਦੇ ਹੋ ਸੈੱਟ ਦੇ ਉੱਤੇ? ਉਹ ਵੈਸੇ ਬਹੁਤ ਇਨਵੋਲਵ ਹੈ ਮੇਰੇ ਨਾਲ, ਸਕ੍ਰਿਪਟ 'ਤੇ ਪਹਿਲੇ ਦਿਨ ਤੋਂ ਇਨਵੋਲਵ ਹੈਗੇ ਆ, ਉਹ ਬਹੁਤ ਸੀਰੀਅਸ ਆਪਣੇ ਕਰੈਕਟਰ ਨੂੰ ਲੈ ਕੇ। ਸਾਨੂੰ ਵੀ ਬਹੁਤ ਅੱਛਾ ਲੱਗ ਰਿਹਾ ਕਿ ਇੱਦਾਂ ਦਾ ਐਕਟਰ ਲੀਡ ਕਰ ਰਿਹਾ ਜਿਹੜਾ ਕਿ ਕਹਾਣੀ ਨਾਲ ਬਹੁਤ ਜੁੜਿਆ ਹੋਇਆ, ਅਤੇ ਬਹੁਤ ਅੱਛਾ ਰੋਲ ਹੈ ਉਹਨਾਂ ਦਾ, ਉਹ ਬਹੁਤ ਅੱਛਾ ਕਰ ਵੀ ਵਧੀਆ ਰਹੇ ਆ, ਅਤੇ ਸਾਡੇ ਡਾਇਰੈਕਟਰ ਸਾਹਿਬ ਬਹੁਤ ਅੱਛਾ ਉਹ ਮੂਵੀ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਆ। ਮੋਸਟਲੀ ਕਦੇ ਕਦੇ ਸੈੱਟ ਤਾਂ ਇੱਦਾਂ ਹੋ ਜਾਂਦਾ ਵੀ ਰਾਈਟਰ ਕਹਿੰਦਾ ਡਾਇਰੈਕਟਰ ਸਾਹਿਬ ਇੱਦਾਂ ਸੀਨ ਲੈ ਲਓ, ਡਾਇਰੈਕਟਰ ਸਾਹਿਬ ਕਹਿੰਦੇ ਇੱਦਾਂ ਕਰ ਲਓ, ਇੱਦਾਂ ਦਾ ਕਈ ਹਾਲੇ ਮਾਹੌਲ ਬਣਿਆ ਕਿ ਨਹੀਂ ਹਾਲੇ ਚੱਲੀ ਜਾਂਦਾ? ਨਹੀਂ ਨਹੀਂ, ਵੈਸੇ 90% ਜਿੱਦਾਂ ਮੈਂ ਸੋਚਿਆ ਡਾਇਰੈਕਟਰ ਸਾਹਿਬ ਉੱਦਾਂ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਔਰ ਸਾਡੀ ਦੋਵਾਂ ਦੀ ਟਿਊਨਿੰਗ ਬਹੁਤ ਜ਼ਿਆਦਾ ਵਧੀਆ। ਇਹ ਸਭ ਤੋਂ ਵਧੀਆ ਚੀਜ਼ ਹੁੰਦੀ ਵੀ ਰਾਈਟਰ ਦੀ ਡਾਇਰੈਕਟਰ ਨਾਲ ਟਿਊਨਿੰਗ ਬਹੁਤ ਵਧੀਆ ਹੋਣੀ ਚਾਹੀਦੀ ਆ। ਇਹੀ ਗੱਲ ਹੈਗੀ ਆ ਕਿ ਜੋ ਮੈਂ ਸੋਚ ਕੇ ਹਾਲੇ ਭਾਅ ਜੀ ਨੂੰ ਦੱਸਣਾ ਹੁੰਦਾ, ਭਾਅ ਜੀ ਉਹ ਚੀਜ਼ ਪਹਿਲਾਂ ਹੀ ਸੋਚੀ ਬੈਠੇ ਹੁੰਦੇ ਆ। ਹਾਂ, ਅਤੇ ਇਸ ਲਈ ਸਾਡੀ ਟਿਊਨਿੰਗ ਬੜੀ ਜ਼ਬਰਦਸਤ ਹੈ। ਸਕਰੀਨ ਪਲੇ ਵੀ ਸਾਰੇ ਤੁਹਾਡੀ ਹੈ ਸਰ? ਹਾਂਜੀ, ਸਕਰੀਨ ਪਲੇ ਡਾਇਲੋਗ ਮੇਰੇ ਹੀ ਹੈ ਅਤੇ ਬਾਕੀ ਆਈਡੀਆ ਭਾਅ ਜੀ ਦਾ ਹੈ ਅਤੇ ਉਹਨੂੰ ਡਿਵੈਲਪ ਮੈਂ ਕੀਤਾ ਹੈ। ਇਹ ਜਗ੍ਹਾ ਮੈਂ ਪਹੁੰਚ ਚੁੱਕਾ ਸੈੱਟ ਦੇ ਉੱਪਰ ਘੁੰਮ ਗਿਆ, ਜਗ੍ਹਾ ਕਿਹਨੇ ਲੱਭੀ ਮੈਨੂੰ ਉਸ ਬੰਦੇ ਨਾਲ ਮਿਲਾਇਆ ਜਾਵੇ, ਮਤਲਬ ਕ੍ਰੈਸ਼ਰ ਪ੍ਰੋਪਰ ਜਗ੍ਹਾ? ਇਹ ਜਗ੍ਹਾ ਸਾਡੇ ਮਤਲਬ ਨੂਰ ਹੈਗੇ ਆ, ਮਨਜੀਤ ਸਿੰਘ ਨੂਰ ਜੀ ਔਰ ਟੋਰੀ ਭਾਅ ਜੀ, ਉਹਨਾਂ ਨੇ ਸਪੈਸ਼ਲੀ ਦੋਨਾਂ, ਉਹਨਾਂ ਨੂੰ ਕ੍ਰੈਡਿਟ ਦਿੱਤਾ ਜਾਣਾ ਚਾਹੀਦਾ। ਇਹ ਜਗ੍ਹਾ ਬਹੁਤ ਵਧੀਆ ਲੋਕੇਸ਼ਨ ਲੱਭੀ ਹੈ, ਬਹੁਤ ਵਧੀਆ ਲੋਕੇਸ਼ਨ ਹੈ।
ਜਿੰਨੀ ਕੁ ਵੀ ਸਰਚ ਕੀਤੀ ਆ ਸਾਰਿਆਂ ਨੇ ਸਾਨੂੰ ਦੱਸਿਆ ਵੀ ਆਹ ਲੋਕੇਸ਼ਨ ਜਿਹੜੇ ਦੋ ਬੰਦੇ ਲੱਭੀ ਉਹ ਬੰਦੇ ਅਸੀਂ ਫੜ ਲਏ ਆ ਬੜੀ ਮੁਸ਼ਕਿਲ ਦੇ ਨਾਲ ਫੜਿਆ ਨੂਰ ਭਾਜੀ ਤੇ ਟੌਰੀ ਮੋਗਲ ਜੀ ਖੜੇ ਆ ਭਾਜੀ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਲੋਕੇਸ਼ਨ ਤੁਸੀਂ ਕਿੱਥੇ ਲੱਭੀ ਇਹ ਜੀ ਅਸੀਂ ਸ਼ੂਟ ਦਾ ਸਾਡਾ ਪਲਾਨ ਚੱਲ ਰਿਹਾ ਸੀਗਾ ਪਹਿਲੇ ਪ੍ਰੀ ਪ੍ਰੋਡਕਸ਼ਨ ਤੇ ਸਾਨੂੰ ਇੱਕ ਲੋਕੇਸ਼ਨ ਚਾਹੀਦੀ ਸੀ ਇੱਦਾਂ ਦੀ ਕਿ ਪਲਵਾਨ ਹੈ ਉਹਨੇ ਉਦੋਂ ਬਾਅਦ ਕਾਰੋਬਾਰ ਸ਼ੁਰੂ ਕਰ ਲਿਆ ਅਤੇ ਮਿਲ ਨਹੀਂ ਪਾ ਰਹੀ ਸੀ ਪ੍ਰੋਡਕਸ਼ਨ ਕਰ ਰਹੀ ਸੀ ਸਰਚ ਅਤੇ ਸਾਨੂੰ ਸਾਡੇ ਡਾਇਰੈਕਟਰ ਸਾਹਿਬ ਨੇ ਕਿਹਾ ਵੀ ਜਾਓ ਵੀ ਜਵਾਨਾਂ ਦੋਨੋਂ ਜਾਓ ਅਸੀਂ ਮੋਟਰਸਾਈਕਲ ਚੱਕਿਆ ਤਾਂ ਉਹਨਾਂ ਨੇ ਤੁਰਦੇ ਤੁਰਦੇ ਕੁਦਰਤੀ ਅਸੀਂ ਇੱਧਰ ਨੇੜੇ ਆਏ ਮੋਹਾਲੀ ਦੇ ਨੇੜੇ ਅਨਫੋਰਚੁਨੇਟਲੀ ਸਾਨੂੰ ਇਹ ਮਿਲ ਗਈ ਅਤੇ ਵਧੀਆ ਲੱਗੇ ਤੋਂ ਦੇਖਿਆ ਨਾ ਵਧੀਆ ਦੂਰ ਤੋਂ ਅੱਛੀ ਲੱਗ ਰਹੀ ਸਾਨੂੰ ਫਿਰ ਨੇੜੇ ਜਾ ਕੇ ਦੇਖਿਆ ਭਾਜੀ ਹੋਰਾਂ ਨਾਲ ਇੱਥੇ ਗੱਲ ਕੀਤੀ ਉਹ ਕਹਿੰਦੇ ਨੋ ਪ੍ਰੋਬਲਮ ਕਰੋ ਸ਼ੂਟ ਕਰੋ ਕਿੱਦਾਂ ਹੁਣ ਮਜ਼ਾ ਆ ਰਿਹਾ ਪੂਰਾ ਸ਼ੂਟ ਕਰਨ ਦਾ ਪੂਰਾ ਗਰਮੀ ਹੈ ਜੀ ਪੂਰਾ ਨਜ਼ਾਰਾ ਆ ਰਿਹਾ ਨੂਰ ਬਾਈ ਨਾਲ ਕੰਮ ਕਰਕੇ ਪਹਿਲੀ ਵਾਰ ਕੰਮ ਕਰ ਰਹੇ ਹਾਂ ਅਸੀਂ ਇਕੱਠੇ ਚੰਗਾ ਲੱਗਿਆ ਛੋਟੇ ਭਰਾ ਹਰ ਗਿਆ ਮਜ਼ਾ ਆ ਰਿਹਾ ਤੇ ਭਲਵਾਨੀ ਫਿਰ ਦਾ ਸੀਨ ਚੱਲ ਰਿਹਾ ਭਲਵਾਨੀ ਕਾ ਨੂੰ ਦਿਲ ਤਾਂ ਨਹੀਂ ਕਰ ਰਿਹਾ ਥੋੜੀ ਥੋੜੀ ਆਪਾਂ ਵੀ ਕਰ ਲਈਏ ਹੈਗੇ ਤਾਂ ਅਸੀਂ ਦੇਖਣ ਨੂੰ ਭਲਵਾਨ ਮਤਲਬ ਐਂ ਹੋ ਗਿਆ ਸੀ ਥੋੜੇ ਟਾਈਮ ਪਹਿਲਾਂ ਮਾਹੌਲ ਵਿੱਚ ਸ਼ਾਇਦ ਸਾਨੂੰ ਭਲਵਾਨੀ ਨਾ ਕਰਨੀ ਪੈ ਜਾਏ ਭਲਵਾਨ ਸਾਹਿਬ ਦੇ ਨਾਲ ਦੇਖ ਕੇ ਇੱਦਾਂ ਬੰਦੇ ਨੇ ਮੈਂ ਪੁੱਛ ਕੇ ਆਉਣਾ ਉਹਨੂੰ ਵੀ ਜਾ ਕੇ ਆਪਣੇ ਬੈਠੇ ਸੀਗੇ ਰਾਈਟਰ ਸਾਹਿਬ ਮੈਂ ਵੀ ਤੁਸੀਂ ਵੀ ਕਰ ਲਓ ਭਲਵਾਨੀ ਕਹਿੰਦੇ ਅਸੀਂ ਤਾਂ ਕਾਪੀ ਤੇ ਕਰਾਂਗੇ ਵੀ ਸਾਡੇ ਜਿਹੜੇ ਚੀਫ ਡਾਇਰੈਕਟਰ ਉਹਨਾਂ ਨੂੰ ਪੁੱਛ ਲਓ ਜਾ ਕੇ ਜੇ ਕਰਨਾ ਨਹੀਂ ਬੜਾ ਚੰਗਾ ਲੱਗਿਆ ਟੌਰੀ ਛੋਟੇ ਭਰਾਵਾਂ ਹਰ ਗਿਆ ਵਧੀਆ ਸਾਡੀ ਇੱਕ ਹੋਰ ਕੀ ਸੋਚ ਹੈ ਅਤੇ ਮਜ਼ਾ ਆ ਰਿਹਾ ਸਾਰੀ ਟੀਮ ਬਹੁਤ ਚੰਗੀ ਹੈ ਅਤੇ ਹਰਜੀਤ ਰੱਖੀ ਭਾਅ ਜੀ ਬਹੁਤ ਕਮਾਲ ਦੇ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਸਾਨੂੰ ਉਹਨਾਂ ਤੋਂ ਤੇ ਭਾਜੀ ਸ਼ੂਟ ਦਾ ਕਿੱਥੇ ਕਿੱਥੇ ਹੋਣਾ ਹੈ ਇਹ ਲੋਕਲ 40 ਕਿਲੋਮੀਟਰ ਸਰਾਊਂਡਿੰਗ ਏਰੀਆ ਦੇ ਵਿੱਚ ਵਿੱਚ ਹੀ ਹੈ ਸਾਰਾ ਮੋਹਾਲੀ ਦੀ ਇੱਕ ਹੋਰ ਵੀ ਵਧੀਆ ਗੱਲ ਆ ਸਾਡਾ ਤਕਰੀਬਨ 26 ਦਿਨਾਂ ਦਾ ਸ਼ੂਟ ਆ ਅਤੇ ਜਿਹਦੇ ਵਿੱਚ ਅਸੀਂ ਇਹਨੇ 33 ਲੋਕੇਸ਼ਨ ਕਵਰ ਕਰਨੀਆਂ ਨੇ 26 ਦਿਨਾਂ 'ਚ 33 ਲੋਕੇਸ਼ਨ ਇੱਕ ਦਿਨ ਦੀ ਸਭਾ ਲੋਕੇਸ਼ਨ ਹੋ ਗਈ ਹਾਂ ਇੱਕ ਦਿਨ ਦੀ ਸਭਾ ਲੋਕੇਸ਼ਨ ਹੋ ਗਈ ਕਾਫੀ ਡੇ ਦੇ ਵਿੱਚ ਕਈ ਵਾਰ ਅਸੀਂ ਦੋ ਦੋ ਤਿੰਨ ਤਿੰਨ ਵਾਰ ਸ਼ਿਫਟ ਕਰ ਰਹੇ ਹਾਂ ਅਲੱਗ ਅਲੱਗ ਲੋਕੇਸ਼ਨ 'ਤੇ ਜਾ ਕੇ ਕਾਫੀ ਲੋਕੇਸ਼ਨ ਵੇਰੀਏਸ਼ਨਸ ਨੇ ਸਕ੍ਰਿਪਟ ਵੇਰੀਏਸ਼ਨਸ ਕਾਫੀ ਤੁਹਾਨੂੰ ਇਹ ਫਿਲਮ 'ਚ ਮਤਲਬ ਇੱਕ ਅਲੱਗ ਤਰ੍ਹਾਂ ਦਾ ਸਿਨੇਮਾ ਦੇਖਣ ਨੂੰ ਜ਼ਰੂਰ ਮਿਲੂਗਾ ਅਤੇ ਇਹਦੇ ਵਿੱਚ ਰੋਮੈਂਟਿਕ ਐਂਗਲ ਵੀ ਹੈਗਾ ਵੈਸੇ ਮੈਨੂੰ ਲੱਗਦਾ ਇੱਥੇ ਤਾਂ ਨਹੀਂ ਹੋ ਸਕਦਾ ਰੋਮੈਂਟਿਕ ਐਂਗਲ ਉਹ ਕਿਤੇ ਅਲੱਗ ਰੱਖਿਆ ਹੋਗਾ ਤੁਸੀਂ ਨਹੀਂ ਇਹਦੇ ਵਿੱਚ ਰੋਮੈਂਟਿਕ ਐਂਗਲ ਹੈਗਾ ਆਪਣਾ ਨਿਰਾਪੁਰਾ ਇਹ ਡਾਰਕ ਸ਼ੇਡ ਦੀ ਮੂਵੀ ਨੇ ਅੱਛਾ ਰੋਮੈਂਟਿਕ ਐਂਗਲ ਵੀ ਆ ਇੱਕ ਇਹਦੇ ਵਿੱਚ ਬਹੁਤ ਸੋਹਣਾ ਸੌਂਗ ਆ ਜਿਹੜਾ ਆਪਣੇ ਮਾਨਯੋਗ ਟੌਰੀ ਮੋਦਗਲ ਜੀ ਨੇ ਲਿਖਿਆ ਇਹਦੇ ਵਿੱਚ ਇੱਕ ਆਈਟਮ ਸੌਂਗ ਆ ਜਿਹੜਾ ਕਿ ਮੈਂ ਲਿਖਿਆ ਆਈਟਮ ਸੌਂਗ ਵੀ ਤੁਸੀਂ ਲਿਖਿਆ ਅੱਛਾ ਆਈਟਮ ਸੌਂਗ ਵੀ ਤੁਸੀਂ ਸੌਂਗ ਮੈਂ ਲਿਖਿਆ ਅਤੇ ਬਾਕੀ ਹੋਰ ਬਹੁਤ ਅੱਛੇ ਅੱਛੇ ਗਾਣੇ ਵੀ ਨੇ ਫਿਲਮ ਦੇ ਵਿੱਚ ਬਾਕੀ ਨਵਦੀਪ ਬਾਈ ਆਪਣਾ ਸੰਜੀਵ ਬਾਈ ਹੋਰਾਂ ਦੀ ਐਕਟਿੰਗ ਤਾਂ ਬਾ ਕਮਾਲ ਆ ਸਭ ਜਾਣਦੇ ਹੀ ਹੋ ਤੁਸੀਂ ਵੱਡੇ ਵੱਡੇ ਦਿੱਗਜ ਸਾਡੇ ਜਿਹੜੇ ਇੰਡਸਟਰੀ ਦੇ ਨੇ ਉਹ ਸਾਰੇ ਇਸ ਫਿਲਮ ਦੇ ਵਿੱਚ ਨੇ ਹੌਬੀ ਜੀ ਹੋ ਗਿਆ ਸਰਦਾਰ ਸੋਹੀ ਜੀ ਹੋ ਗਏ ਆਸ਼ੀਸ਼ ਦੁੱਗਲ ਜੀ ਹੋ ਗਏ ਤਾਂ ਵੱਡੇ ਵੱਡੇ ਆਰਟਿਸਟ ਜੋ ਜਿਨ੍ਹਾਂ ਤੋਂ ਅਸੀਂ ਸਿੱਖਣ ਨੂੰ ਸਾਨੂੰ ਬਹੁਤ ਕੁਛ ਮਿਲੂਗਾ ਸਾਡੇ ਸੀਨੀਅਰ ਸਾਡੇ ਮੈਂਟਰ ਹਰਜੀਤ ਰਿੱਕੀ ਜੀ ਹਾਂ ਜਿਨ੍ਹਾਂ ਦੀ ਮਿਹਨਤ ਸਦਕਾ ਅਸੀਂ ਅੱਜ ਸਾਰੇ ਇਸ ਜਗ੍ਹਾ 'ਤੇ ਹੈਗੇ ਹਾਂ ਬਹੁਤ ਸਵਾਦ ਨਾਲ ਕੰਮ ਕਰ ਰਹੇ ਹਾਂ ਸਵਾਦ ਔਰ ਗਰਮੀ ਵੀ ਬਹੁਤ ਹੈ ਪਰ ਜਜ਼ਬਾ ਵੀ ਸਾਰਿਆਂ 'ਚ ਬਹੁਤ ਹੈ ਕੰਮ ਜੀ ਡਾਇਰੈਕਟਰ ਸਾਹਿਬ ਨੇ ਪਹਿਲੇ ਕਹਿੰਦੇ ਤਾਂ ਮੈਂ ਪਹਿਲਾ ਕੁਐਸਚਨ ਪੁੱਛਿਆ ਮੈਂ ਗਰਮੀ ਬਹੁਤ ਆ ਕਹਿੰਦੇ ਕੰਮ 'ਚ ਇਨਵੋਲਵਮੈਂਟ ਹੀ ਇੰਨੀ ਸਾਰਿਆਂ ਦੀ ਹੋਈ ਗਈ ਹੈ ਗਰਮੀ ਦਾ ਪਤਾ ਨਹੀਂ ਲੱਗਦਾ ਅਸੀਂ ਜੋ ਲਾਸਟ ਸਾਡਾ ਸ਼ੂਟ ਸੀਗਾ ਅਸੀਂ ਨੇ ਸਵੇਰੇ 3:30 ਵਜੇ ਪੈਕਅਪ ਕੀਤਾ ਸੀਗਾ 7 ਵਜੇ ਦੀ ਸ਼ਿਫਟ ਤੋਂ ਨਾਈਟ ਦਾ ਸੀਨ ਕੀਤਾ ਟ੍ਰੀਟਮੈਂਟ ਵਾਲਾ ਸੀਨ ਸੀਗਾ ਬੜਾ ਅੱਛਾ ਮਾਹੌਲ ਸੀ ਕਿਸੇ ਨੂੰ ਕੋਈ ਥਕਾਵਟ ਨਹੀਂ ਇੱਦਾਂ ਕਿ ਭਾਜੀ ਸਾਨੂੰ ਰੈਸਟ ਵੀ ਵਧੀਆ ਦੇ ਦਿੰਦੇ ਨੇ ਚਲੋ ਯਾਰ ਰਾਤ ਸ਼ੂਟ ਕੀਤਾ ਅੱਜ ਬ੍ਰੇਕ ਕਰ ਲਓ ਕੋਈ ਚੱਕਰ ਨਹੀਂ ਤੁਸੀਂ ਹੁਣ ਉਦੋਂ ਬਾਅਦ ਰਿਲੈਕਸ ਹੋ ਕੇ ਸ਼ੂਟ ਕਰਿਓ ਉਹ ਵਜਨ ਦੇ ਕੇ ਨਹੀਂ ਸੱਤ ਸ਼ੂਟ ਕਰਵਾਉਂਦੇ ਸਾਨੂੰ ਇੰਝ ਲੱਗ ਰਿਹਾ ਜਿਵੇਂ ਆ ਪਿੱਛੇ ਪਿੱਛੇ ਅਸੀਂ ਦੁਬਈ 'ਚ ਸ਼ੂਟ ਕਰ ਰਹੇ ਹਾਂ ਤੁਸੀਂ ਦੇਖਦੇ ਹੋ ਪਹਾੜੀਆਂ ਮੈਨੂੰ ਤਾਂ ਆਪ ਲੱਗਦਾ ਮੈਂ ਕਹਿੰਦਾ ਵੀ ਮੇਰੇ ਪਾਸਪੋਰਟ ਦੇ ਉੱਤੇ ਸਟੈਂਪ ਵੀ ਲਾ ਦੇ ਹੋਣਾ ਡੁਬਈ ਦੇ ਨਾਲ ਦੀ ਇੱਕ ਦੋ ਤਾਂ ਚੰਗਾ ਲੱਗ ਰਿਹਾ ਵੀਰੇ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ ਸਾਡਾ ਕਰਿਊ ਬਹੁਤ ਪੰਜਾਬੀ ਟੇਸ਼ਨ ਦਾ ਕਿੰਨੂ ਬਾਈ ਦਾ ਬਹੁਤ ਬਹੁਤ ਧੰਨਵਾਦ ਜੋ ਮਤਲਬ ਕਿ ਉੱਚਾ ਪਿੰਡ ਬਹੁਤ ਵਧੀਆ ਫਿਲਮ ਹੈ ਬਹੁਤ ਚੰਗੀ ਹੈ ਪੰਜਾਬ ਦੀ ਇੱਕ ਨਵੀਂ ਵੱਖਰੇ ਅੰਦਾਜ਼ ਦੀ ਫਿਲਮ ਉੱਚਾ ਪਿੰਡ ਥੈਂਕ ਯੂ ਬਹੁਤ ਬਹੁਤ ਧੰਨਵਾਦ ਭਾਅ ਜੀ ਬਹੁਤ ਬਹੁਤ ਥੈਂਕ ਯੂ ਦੇਖੋ ਜੀ ਲੋਕੇਸ਼ਨ ਤਾਂ ਤੁਸੀਂ ਦੇਖ ਲਈ ਵੀ ਕੀ ਚੱਲ ਰਿਹਾ ਅਤੇ ਨਾ ਪਹਾੜਾਂ ਰੇਤੇ ਮਿੱਟੀ ਡਬਈ ਵਿੱਚੋਂ ਆਪਾਂ ਕਹਿ ਸਕਦੇ ਹਾਂ ਡਬਈ ਵਿੱਚੋਂ ਆਪਾਂ ਸਾਰਾ ਸ਼ੂਟ ਕਰਨ ਤੋਂ ਬਾਅਦ ਹੁਣ ਆਪਾਂ ਜਾ ਰਹੇ ਹਾਂ ਠੰਡੀ ਜਗ੍ਹਾ ਉੱਪਰ ਠੰਡੀ ਜਗ੍ਹਾ ਉੱਪਰ ਇੱਕ ਬਹੁਤ ਸੋਹਣੀ ਜਿਹੀ ਕੁੜੀ ਬੈਠੀ ਆ ਉਹ ਸੋਹਣੀ ਜਿਹੀ ਕੁੜੀ ਕੌਣ ਆ ਆ ਜਾਓ ਆਪਾਂ ਤੁਹਾਨੂੰ ਦੱਸਦੇ ਹਾਂ ਮੇਰੇ ਨਾਲ ਆ ਜਾਓ ਮੈਨੂੰ ਬਹੁਤ ਚਾਹ ਆ ਦੇਖ ਕੇ ਤੁਹਾਨੂੰ ਵੀ ਚੜ੍ਹ ਜਾਣਾ ਭੱਜ ਕੇ ਆ ਜਾਓ ਫਿਰ ਇਸ ਕਰਕੇ ਭੱਜ ਕੇ ਤੇ ਤੁਹਾਨੂੰ ਦੱਸਿਆ ਸੀ ਕਿ ਆਪਾਂ ਇੱਕ ਸੋਹਣੀ ਜਿਹੀ ਕੁੜੀ ਕੋਲ ਚੱਲੇ ਹਾਂ ਉਹਨੂੰ ਆਪਾਂ ਲੱਭਦੇ ਫਾਇਦੇ ਸੀਗੇ ਸਵੇਰ ਦੇ ਜਿਹਨਾਂ ਕਰਕੇ ਆਪਾਂ ਖਾਸ ਤੌਰ 'ਤੇ ਇੱਥੇ ਆਈ ਹਾਂ ਨਾ ਦਲੀ ਗੱਲ ਤੁਹਾਨੂੰ ਦੱਸਦੀ ਹੈ ਅਤੇ ਸਾਨੂੰ ਲੱਭ ਗਿਆ ਪੂਨਮ ਸੂਦ ਮੈਮ ਵੈਸੇ ਕਮਲਦੀਪ ਗੱਲ ਕਵਾਂ ਤੁਸੀਂ ਨਾ ਅਚਾਨਕ ਚੱਕ ਛਾਪੇ ਨਾ ਮਾਰਿਆ ਕਰੋ ਕਹਿੰਦੇ ਹੁੰਦੇ ਨਾ ਇਹ ਸੀਕਰੇਟ ਏਜੰਟ ਹੁੰਦੇ ਨਾ ਜਿਹੜੇ ਉਹ ਛਾਪੇ ਮਾਰਦੇ ਆ ਮੈਨੂੰ ਕਈ ਵਾਰੀ ਡਰ ਲੱਗਦਾ ਮੀਡੀਆ ਤੋਂ ਅਸੀਂ ਏਜੰਟ ਹੀ ਆ ਤੁਸੀਂ ਸਾਨੂੰ ਏਜੰਟ ਹੀ ਮੰਨਦੇ ਜਿੱਥੇ ਪੂਨਮ ਸੂਦ ਜੀ ਜਾਣਗੇ ਸਾਨੂੰ ਤਾਂ ਮਤਲਬ ਨੱਕ ਸਾਡਾ ਉਹ ਲੱਗਾ ਪ੍ਰੋਪਰ ਅਸੀਂ ਸਮੈਲ ਕਰਦੇ ਕਰਦੇ ਪਹੁੰਚ ਜਾਂਦੇ ਹਾਂ ਵੀ ਪੂਨਮ ਸੂਦ ਜੀ
ਕਿ ਤੁਸੀਂ ਲੀਡ ਫਿਲਮ ਕਰੋ ਹੈ ਨਾ, ਤੁਸੀਂ ਸੈਕਸੀ ਵੂ ਵਾਲਾ ਕਰੈਕਟਰ ਕਿਉਂ ਕੀਤਾ? ਇੱਦਾਂ ਨਹੀਂ ਕਿਹਾ, ਮੈਂ ਇਹ ਵਰਡ ਕਦੇ ਨਹੀਂ ਯੂਜ਼ ਕੀਤਾ ਜੀ ਇੰਟਰਵਿਊ ਨਾ ਮੇਰੀ ਮੰਮਾ ਨੇ ਇੰਟਰਵਿਊ ਦੇਖਦੀ ਅਰੇ, ਮੈਂ ਇਹ ਵਰਡ ਕਦੇ ਜ਼ਿੰਦਗੀ ਨਹੀਂ ਯੂਜ਼ ਕੀਤਾ ਜੀ। ਨਹੀਂ ਨਹੀਂ ਇਹ ਗੱਲ ਝੂਠੀ, ਇਹ ਸਭ ਗੱਲਾਂ ਕਾਲਪਨਿਕ ਹਨ, ਇਹਨਾਂ ਦਾ ਵਾਸਤਵਿਕ ਜੀਵਨ ਨਾਲ ਕੋਈ ਸੰਬੰਧ ਨਹੀਂ ਹੈ। ਠੀਕ ਹੈ ਜੀ, ਕੋਈ ਗੱਲ ਨਹੀਂ। ਮੈਂ ਇੱਦਾਂ ਕਿਹਾ ਸੀ ਵੀ ਮੈਡਮ ਤੁਸੀਂ ਬਹੁਤ ਸੋਹਣੇ ਹੋ, ਤੁਸੀਂ ਭੂਆ ਵਾਲਾ ਕਰੈਕਟਰ ਕਿਉਂ ਕੀਤਾ? ਓਹ ਅੱਛਾ ਜੀ, ਚਲੋ ਠੀਕ ਹੈ, ਮੈਂ ਆਪਣੇ ਵਰਡ ਵਾਪਸ ਲੈ ਲੈਂਦੀ ਹਾਂ ਕਮਲ ਜੀ। ਪਰ ਤੁਹਾਡੀ ਦੁਆ ਕਬੂਲ ਹੋਈ, ਆਪਾਂ ਅੱਜ ਐਜ਼ ਏ ਲੀਡ ਉੱਚਾ ਪਿੰਡ ਕਰ ਰਹੇ ਹੋ ਮੂਵੀ, ਤਾਂ ਚੰਗਾ ਲੱਗਿਆ ਤੁਸੀਂ ਫਿਰ ਆਏ ਗੱਲਬਾਤ ਕਰ ਰਹੇ ਹੋ ਮੇਰੇ ਨਾਲ, ਚੰਗਾ ਲੱਗ ਰਿਹਾ। ਜਦੋਂ ਅਸੀਂ ਛਾਪਾ ਮਾਰਿਆ ਨਾ, ਮਤਲਬ ਤੁਸੀਂ ਮੇਕਅਪ ਕਰ ਰਹੇ ਸੀਗੇ, ਮਤਲਬ ਜਿਹਨੂੰ ਰੱਬ ਨੇ ਇੰਨਾ ਮੇਕਅਪ ਕਰਕੇ ਭੇਜਿਆ ਉਹਨੂੰ ਹੋਰ ਮੇਕਅਪ ਦੀ ਕੀ ਲੋੜ ਹੈ ਜੀ? ਵੈਸੇ ਕਹਿੰਦੇ ਹੁੰਦੇ ਮੁੰਡੇ ਜਮਾਂਤਰੂ ਸੋਹਣੇ ਹੁੰਦੇ ਆ, ਪਰ ਕੁੜੀਆਂ ਥੋੜ੍ਹਾ ਮੋਟਾ ਮੇਕਅਪ ਕਰ ਲੈਣਾ ਚੰਗੀਆਂ ਲੱਗਦੀਆਂ, ਸੋਹਣੀਆਂ ਲੱਗਦੀਆਂ। ਲੇਟੈਸਟ ਨਿਊਜ਼, ਇਹ ਗੱਲ ਤਾਂ ਕਦੇ ਸੁਣੀ ਨਹੀਂ ਅਸੀਂ, ਇਹ ਕਿਹਨੇ ਕਹਿ ਦਿੱਤੀ ਤੁਹਾਨੂੰ? ਦੇਖੋ ਹੁਣ ਵੀਡੀਓ 'ਚ ਜ਼ਿਆਦਾ ਸੋਹਣੇ ਤੁਸੀਂ ਲੱਗੋਗੇ। ਬਸ ਕੁਛ ਹੀ ਕਿਹਾ, ਦੇਖਿਆ ਸੀ ਕਿ ਸਾਰੀ ਫਿਲਮ 'ਚ ਭੂਆ ਕੁਆਰੀ ਰਹਿ ਗਈ ਹੈ ਨਾ, ਤੁਸੀਂ ਕੰਪਲੀਮੈਂਟ ਵੀ ਦਿੱਤਾ ਸੀ ਮੈਡਮ। ਮੈਂ ਨਹੀਂ, ਆਪਾਂ ਤੁਹਾਨੂੰ ਹੁਣ ਮੈਂ ਦੱਸ ਰਹੀ ਹਾਂ ਕਿ ਕਮਲ ਬਹੁਤ ਸੋਹਣਾ, ਜੇ ਕੋਈ ਸੋਹਣੀ ਜਿਹੀ ਕੁੜੀ ਹੈ ਨਾ, ਮੈਂ ਰਿਸ਼ਤਾ ਕਰਾ ਦਾਂਗੀ, ਮੈਂ ਵਿਚੋਲਣ ਬਣ ਜਾਵਾਂਗੀ। ਇਹ ਵੀ ਗੱਲ ਝੂਠ ਹੈ ਜੀ, ਖਤਮ। ਇਹ ਵੀ ਗੱਲ ਝੂਠ ਹੈ ਜੀ, ਇਹ ਵੀ ਗੱਲ ਝੂਠ ਹੈ ਜੀ, ਕੋਈ ਗੱਲ ਝੂਠ ਨਹੀਂ ਵੀ ਮੇਰੇ ਵਿਆਹ ਦੀ ਕੋਈ ਗੱਲ ਨਹੀਂ ਜੀ, ਆਪਾਂ ਅੱਗੇ ਆਪਾਂ ਉੱਚਾ ਪੜਦੇ ਹੋਣੇ। ਮੈਨੂੰ ਲੱਗਦਾ ਇਹ ਵਿਆਹੇ ਹੋਏ। ਨਹੀਂ ਵਿਆਹੇ ਨਹੀਂ ਹੋਏ ਜੀ, ਇਹ ਗੱਲ ਇੰਟਰਵਿਊ ਜਿਸ ਤਰ੍ਹਾਂ ਨੇ ਮਤਲਬ ਸੁਣਨੀ ਆ, ਪਹਿਲਾਂ ਰੌਲਾ ਪੈਂਦਾ ਰਹਿੰਦਾ ਵਿਆਹ ਕਰਾ ਲਾ ਵਿਆਹ ਕਰਾ ਵਿਆਹ ਕਰਾ ਲਾ, ਫਿਰ ਤੁਸੀਂ ਭਾਂਬੜ ਲਾ ਦੇਣਾ, ਉਹ ਫਿਰ ਰੌਲਾ ਪੈਣ ਲੱਗ ਪੈਣਾ ਵਿਆਹ ਕਰਾ, ਤਾਂ ਮੈਂ ਕਹਿ ਰਿਹਾ ਜੀ। ਠੀਕ ਹੈ, ਹੁਣ ਆਪਾਂ ਫਿਰ ਬਲਦੀ 'ਤੇ ਤੇਲ ਨਾ ਪਾਈਏ। ਚਲੋ ਕੋਈ ਗੱਲ ਨਹੀਂ, ਹੁਣ ਦੱਸੋ ਤੁਸੀਂ, ਹੁਣ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਉੱਚੇ ਪਿੰਡ ਬਾਰੇ? ਉੱਚੇ ਪਿੰਡ ਬਾਰੇ ਨਹੀਂ, ਪਹਿਲਾਂ ਤਾਂ ਮੈਂ ਇਹ ਸੁਣਨਾ ਚਾਹੁੰਦਾ ਵੀ ਜਦੋਂ ਤੁਹਾਡਾ ਸ਼ੂਟ ਹੁੰਦਾ ਨਾ, ਮੈਂ ਸੁਣਿਆ ਤੁਸੀਂ ਖੜਾਕੇ ਲੜਾਕੇ ਬਹੁਤ ਕਰਦੇ ਆ, ਚਾਂਡੇ ਚੂੰਟੇ ਲਾ ਦਿੰਦੇ ਆ, ਇਹ ਇਸ ਮੂਵੀ 'ਚ ਵੀ ਚਾਂਡੇ ਚੂੰਟੇ ਲਾ ਰਹੇ ਕੋਈ? ਵੈਸੇ ਇਹ 'ਚ ਰਿਐਲਿਟੀ 'ਚ ਤਾਂ ਨਹੀਂ ਮੈਂ ਲਾ ਰਹੀ ਚਾਂਡੇ ਵਾਂਡੇ, ਸੀਨ ਕੁਛ ਹੈਗੇ ਵੀ ਨੇ, ਫਿਲਮਾਏ ਵੀ ਜਾਣਗੇ, ਬਾਕੀ ਦੇਖਦੇ ਹਾਂ ਜੇ ਸੈਂਸਰ ਨੇ ਨਾ ਕੱਟਤੇ। ਸੈਂਸਰ ਥੱਪੜ ਤਾਂ ਨਹੀਂ ਕੱਟੂਗਾ ਜੀ, ਉਹ ਤਾਂ ਪੂਨਮ ਸੂਦ ਜੀ ਦਾ ਜਿਹੜਾ ਥੱਪੜ ਵੀ ਖਾਊਗਾ ਉਹਦੇ ਵੀ ਭਾਗ ਖੁੱਲ ਜਾਂਦੇ ਹੋਣੇ, ਉਹਨਾਂ ਵੀ ਪਿਆਰ ਦੇ ਥੱਪੜ ਐ ਆਉਂਦਾ ਆ। ਨਹੀਂ ਫਿਰ ਮੈਨੂੰ ਕੋਈ ਫਿਰ ਇਹ ਵਾਲਾ ਸ਼ਾਟ ਚਾਹੀਦਾ, ਨਹੀਂ ਕਿੱਦਾਂ ਅਸੀਂ ਕੱਟ ਕੇ ਤੁਸੀਂ ਤਾਂ ਆਪਾਂ ਤੁਸੀਂ ਉੱਥੇ ਦੇਖ ਲਿਓ ਇਹ ਦੁਬਾਰਾ ਨਹੀਂ ਬਣੇ। ਪਤਾ ਚੱਕਰ ਕੀ, ਅਸੀਂ ਐਕਟਰ ਨਹੀਂ, ਅਸੀਂ ਕਿਹੜਾ ਐਕਟਰ ਹੈ ਜੀ, ਉਹ ਮਤਲਬ ਇੰਸਟੈਂਟ ਆ ਗਿਆ ਜੀ, ਉਹ ਦੁਬਾਰਾ ਆਉਣੀ ਨਹੀਂ, ਟੇਕ ਟੂ ਸਾਨੂੰ ਨਹੀਂ ਦੇਣਾ ਹੁੰਦਾ ਸੀ। ਠੀਕ ਹੈ ਜੀ, ਬਾਕੀ ਨਹੀਂ ਇੱਦਾਂ ਦੀ ਗੱਲ ਨਹੀਂ ਹੈ ਕਿ ਖੜਕੇ ਦੜਕੇ ਹੁੰਦੇ ਰਹਿੰਦੇ ਨੇ ਨਿਊਜ਼, ਵੈਸੇ ਮੀਡੀਆ ਵਾਲੇ ਥੋੜ੍ਹੇ ਜਿਹੇ ਚੱਕ ਵੀ ਦਿੰਦੇ ਨੇ, ਔਰ ਜਿੱਥੇ ਗਲਤ ਹੋਵੇ ਜਾਂ ਕੁੜੀਆਂ ਨੂੰ ਲੈ ਕੇ ਕੁਛ ਗਲਤ ਹੁੰਦਾ ਹੋਵੇ, ਡੈਫੀਨੇਟਲੀ ਆਪਣੇ ਹੱਕ ਲਈ ਲੜਨਾ ਜ਼ਰੂਰੀ ਹੈ, ਔਰ ਸਾਰੀਆਂ ਕੁੜੀਆਂ ਨੂੰ ਆਉਣਾ ਵੀ ਚਾਹੀਦਾ ਹੈ ਕਿ ਤੁਸੀਂ ਗਲਤ ਕਿਉਂ ਸੁਣੋ, ਕਿਉਂਕਿ ਅੱਜ ਕੱਲ੍ਹ ਕੁੜੀਆਂ ਵੀ ਗਲਤ ਨੇ। ਮੈਂ ਇਹ ਨਹੀਂ ਕਹਿੰਦੀ ਤਾੜੀ ਇੱਕ ਹੱਥ ਨਾਲ ਕਦੀ ਵੀ ਨਹੀਂ ਵੱਜਦੀ, ਪਰ ਜਿੱਥੇ ਸਹੀ ਹੈ ਉੱਥੇ ਗੱਲ ਸਹੀ ਹੁੰਦੀ ਹੈ ਨਾ, ਜਿੱਥੇ ਗਲਤ ਹੋਵੇ ਉਹਨੂੰ ਗਲਤ ਕਹਿਣਾ ਅਤੇ ਉਹਨੂੰ ਆਪਣੇ ਹੱਕ ਲਈ ਲੜਨਾ ਹੈ ਨਾ ਆਉਣਾ ਚਾਹੀਦਾ। ਹੁਣ ਆਪਾਂ ਇੰਟਰਵਿਊ ਕਰਨ ਚੱਲੇ ਜੀ ਨਵਦੀਪ ਕਲੇਰ ਦੀ, ਜਿਹੜੇ ਇਸ ਫਿਲਮ ਦੇ ਵਿੱਚ ਕਰ ਰਿਹਾ ਲੀਡ ਰੋਲ। ਅੱਜ ਆਪਾਂ ਲੱਭਦੇ ਉਹਨਾਂ ਨੂੰ, ਇਸ ਵੈਨਿਟੀ ਦੇ ਵਿੱਚ ਉਹ ਹੈ ਨਹੀਂ, ਮੈਂ ਇਹਨੂੰ ਦੇਖ ਚੁੱਕਿਆ। ਆ ਜਾਓ ਆ ਜਾਓ, ਨਹੀਂ ਇਹ 'ਚ ਵੀ ਹੈ ਨਹੀਂ, ਅਗਲੀ ਵੈਨਿਟੀ ਆ ਜਾਓ, ਭੱਜ ਕੇ ਆ ਜਾਓ, ਟਾਈਮ ਬਹੁਤ ਥੋੜ੍ਹਾ ਸ਼ੋਰਟ ਚੱਲ ਰਿਹਾ। ਇਹ ਵੈਨਿਟੀ ਨੰਬਰ, ਇਹ ਤਾਂ ਯਾਰ ਪੂਨਮ ਸੂਦ ਵਾਲੀ, ਪੂਨਮ ਸੂਦ ਮੈਮ ਵਾਲੀ ਆ, ਇਹ ਤਾਂ ਨਾ ਇਹ 'ਚ ਵੀ ਹੈ ਨਹੀਂ ਗੇ, ਇਹ 'ਚ ਵੀ ਹੈ ਨਹੀਂ। ਇਹ ਨਵਦੀਪ ਭਾਅ ਜੀ ਇਹ 'ਚ ਜੀ, ਨਵਦੀਪ ਭਾਅ ਜੀ ਹੈ ਨਹੀਂ ਇੱਥੇ? ਨਹੀਂ ਭਾਅ ਜੀ ਯਾਰ, ਨਵਦੀਪ ਭਾਅ ਜੀ ਇੱਧਰ ਵੀ ਹੈ ਨਹੀਂ, ਇੱਧਰ ਵੀ ਹੈ ਨਹੀਂ। ਆਹ ਵੈਨਿਟੀ ਦੇ ਵਿੱਚ ਮੈਂ ਇਹਨੂੰ ਆਪਾਂ ਹੀ ਨਿਗਾਹ ਮਾਰ ਲੈਂਦੇ ਹਾਂ, ਆਪਾਂ ਨਵਦੀਪ ਕਲੇਰ ਜੀ ਕਿਉਂ ਨਹੀਂ ਲੱਭ ਰਹੇ? ਨਵਦੀਪ ਜੀ ਐਂ ਐਡੀ ਵੈਨਿਟੀ ਇਹ 'ਚ ਵੀ ਹੈ ਨਹੀਂ, ਆ ਜਾਓ ਆ ਜਾਓ ਅੱਗੇ ਚੱਲਦੇ ਅੱਗੇ, ਵੈਨਿਟੀਆਂ ਤਾਂ ਖਤਮ ਹੋ ਗਈਆਂ, ਇੰਨੀਆਂ ਵੈਨਿਟੀਆਂ ਇਹਨਾਂ 'ਚ ਕਿਤੇ ਵੀ ਹੈ ਨਹੀਂ। ਹੈਲੋ ਸਾਹਿਬ, ਹਾਂਜੀ ਭਾਅ ਜੀ, ਆਹ ਚਾਰ ਪੰਜ ਬੈਂਟੀਆਂ ਸਾਰਾ ਪ੍ਰੋਡਕਸ਼ਨ ਏਰੀਆ ਸੀ, ਘੁੰਮ ਕੇ ਆ ਗਏ, ਤੁਸੀਂ ਕਿੱਥੇ ਬੈਠੇ ਹੋ? ਬੈਠੇ ਪੰਜਾਬੀ ਟੇਸ਼ਨ ਵਾਲਿਆਂ ਕੋਲੇ, ਸਾਡੇ ਕੋਲੇ ਬੈਠੇ ਹਾਂ, ਕੋਲੇ ਬੈਠੇ ਹਾਂ ਅਸੀਂ। ਇਹ ਜਸਦੀਪ ਸਾਹਿਬ, ਤੁਸੀਂ ਲੀਡ ਰੋਲ ਨੂੰ ਫੜ ਕੇ ਬੈਠੇ ਹੋਏ, ਅਸੀਂ ਉਹਨਾਂ ਨੂੰ ਬੈਂਟੀਆਂ ਲੱਭਦੇ ਫਿਰਦੇ ਹਾਂ। ਇਹ ਥੋੜ੍ਹਾ ਜਿਹਾ ਹੱਕ ਬਣਦਾ ਗਾ, ਇੰਨੇ ਭਰਾ ਗੇ, ਇੱਕੋ ਸ਼ਹਿਰ ਦੇ ਆ, ਇੰਨੇ ਸਾਲ ਇਕੱਠੇ ਪੜ੍ਹੇ ਆ, ਥੋੜ੍ਹਾ ਉਹ ਚੀਜ਼ ਦਾ ਫਿਰ ਫੀਲਡ ਵੀ ਇਕੱਠੇ ਹੀ ਆ, ਸਾਡੇ ਵੀ ਇਕੱਠੇ ਹੀ ਆ ਉੱਥੋਂ ਭਰਾਵਾ, ਜ਼ਿਆਦਾ ਅਸੀਂ ਜ਼ਿਆਦਾਤਰ ਪੁਰਾਣੀਆਂ ਯਾਦਾਂ ਨੇ ਜਿਹੜੀਆਂ ਉਹ ਸਾਡੀਆਂ ਫਰੈਸ਼ ਹੋ ਗਈਆਂ, ਦੁਬਾਰੇ ਤਾਜ਼ਾ ਹੋ ਗਈਆਂ, ਜ਼ਿਆਦਾ ਯਾਦੀਆਂ ਨਾ ਤਾਜ਼ੀਆਂ ਕਰ ਲਿਓ ਭਾਈ ਦਾ ਸ਼ਾਰਟ ਰੈਡੀ ਹੈ। ਭਾਜੀ ਆਪਾਂ ਚੱਲੀਏ ਇੰਟਰਵਿਊ ਕਰ ਲਈਏ ਪਹਿਲਾਂ, ਚਲੋ ਠੀਕ ਆ, ਠੀਕ ਆ, ਕਰੋ 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 ਮੇਰੇ ਘਰ ਆਇਓ ਨਵਦੀਪ ਸਾਹਿਬ, ਚਲੋ ਜੀ ਚਲੋ ਆ ਜਾਓ ਆ ਜਾਓ ਨਵਦੀਪ ਭਾਅ ਜੀ, ਚੱਲੀਏ ਵੈਨਿਟੀ ਕਿਹੜੀ ਜਾਣਾ ਆਪਾਂ, ਆਓ ਆਓ ਇੱਧਰ ਆਓ, ਹਾਂ ਨਹੀਂ ਅੱਗੇ ਅੱਗੇ ਹੋ ਅੱਗੇ 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 ਹੋ, ਮੈਂ ਦੇਖੀ ਝਾਤੀ ਮਾਰਦਾ ਸੀ ਪਰ ਲੱਭੇ ਤੁਸੀਂ ਮੈਨੂੰ, ਇੱਥੇ ਆ ਜਾਓ, ਇੱਥੇ ਆ ਜਾਓ, ਆ ਜਾਓ, ਆਓ ਨਹੀਂ ਨਹੀਂ ਤੁਸੀਂ ਭਾਅ ਜੀ ਤੁਸੀਂ ਪਹਿਲਾਂ ਆ ਜਾਓ ਜੀ, ਬੱਲਾ 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 ਭਾਅ ਜੀ, ਐਡੀ ਵੈਨਿਟੀ ਇਹ ਵੱਡੀ ਆ ਵੈਨਿਟੀ, ਐਡੀ ਵੈਨਿਟੀ ਮੈਂ ਆਪਣੀ ਟੀਮ ਨੂੰ ਪੁੱਛ ਰਿਹਾ, ਮੈਂ ਆਪਾਂ ਐਡੀ ਵੈਨਿਟੀ ਨਹੀਂ ਦੇਖੀ। ਮੈਂ ਤਾਂ ਦੇਖੋ ਬੈਠਾ ਸੀ,
ਹੋਰ ਨਵਦੀਪ ਭਾਜੀ ਕੀ ਹਾਲ ਚਾਲ ਆ? ਤੁਸੀਂ ਦੱਸੋ ਕਿਵੇਂ ਚੱਲ ਰਿਹਾ? ਉੱਚਾ ਪਿੰਡ ਹੈ, ਉੱਚੀਆਂ ਗੱਲਾਂ ਤੁਹਾਡੀਆਂ, ਉੱਚੀ ਜਗ੍ਹਾ ਤੇ ਸ਼ੂਟ? ਨਹੀਂ ਨਹੀਂ, ਸਹਿ ਤਾਂ ਤੁਹਾਡਾ ਪਿਆਰ ਆ ਜੀ ਪੰਜਾਬੀ ਟੇਸ਼ਨ, ਜਿਹੜਾ ਤੁਸੀਂ ਤੁਹਾਡੀ ਬਦੌਲਤ ਜਿੰਨੀਆਂ ਵੀ ਫਿਲਮਾਂ ਆਉਂਦੀਆਂ ਨੇ ਪੰਜਾਬੀ, ਉਹ ਉਹਨਾਂ ਦੀ ਕਵਰੇਜ ਤੁਸੀਂ ਕਰਦੇ ਹੋ ਅਤੇ ਲੋਕਾਂ ਤੱਕ ਪਹੁੰਚਦੀ ਹੈ ਅਤੇ ਲੋਕਾਂ ਨੂੰ ਪਤਾ ਲੱਗਦਾ ਵੀ ਇਹ ਫਿਲਮ ਆ ਰਹੀ ਹੈ। ਇਹੀ ਹੁਣ ਤੁਹਾਡੀ ਬਦੌਲਤ ਸਾਡੀ ਫਿਲਮ ਉੱਚਾ ਪਿੰਡ ਦਾ ਵੀ ਪਤਾ ਲੱਗੂਗਾ, ਲੋਕਾਂ ਨੂੰ ਵੀ ਨਵੀਂ ਨਵੀਂ ਫਿਲਮ ਲੈ ਕੇ ਆ ਰਹੇ ਹੈਗੇ। ਅਤੇ ਭਾਅ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ, ਫਿਲਮਾਂ ਤਾਂ ਤੁਸੀਂ ਬਹੁਤ ਕੀਤੀਆਂ, ਆਪਾਂ ਜ਼ਿਕਰ ਕਰਨ ਦੀ ਜ਼ਰੂਰਤ ਹੀ ਨਹੀਂ ਵੈਸੇ ਨਾ, ਗਾਂਧੀ ਵਰਗੀਆਂ ਸੁਪਰ ਡੁਪਰ ਹਿੱਟ ਫਿਲਮਾਂ ਤੁਸੀਂ ਕੀਤੀਆਂ, ਅਤੇ ਪਰ ਐਜ਼ ਏ ਲੀਡ ਰੋਲ ਤੁਸੀਂ ਪਹਿਲੀ ਵਾਰੀ ਆ ਰਹੇ ਹੋ। ਕੁਐਸਚਨ ਇਹ ਨਹੀਂ ਬਣਦਾ, ਚਾਹ ਤਾਂ ਬਹੁਤ ਹੋਊਗਾ, ਆਪਾਂ ਇਹ ਨਹੀਂ ਪੁੱਛਣਾ ਭਾਅ ਜੀ ਕਿੰਨਾ ਕੁ ਚਾਹ ਤਾਂ ਬਹੁਤ ਹੋਊਗਾ, ਮੈਂ ਇਹ ਪੁੱਛਣਾ ਚਾਹੁੰਦਾ ਵੀ ਕੰਮ ਕਰਕੇ ਕਿੰਨਾ ਕੁ ਚੈਲੇਂਜਿੰਗ ਲੱਗ ਰਿਹਾ, ਕਿੰਨਾ ਕੁ ਪ੍ਰੈਸ਼ਰ ਵੱਧ ਗਿਆ ਅੱਗੇ ਨਾਲੋਂ? ਹਾਂ ਜਿਹੜੀ ਇਹ ਤੁਸੀਂ ਅੱਛੀ ਗੱਲ ਪੁੱਛੀ ਹੈ ਵੀ ਚਾਹ ਤਾਂ ਦੇਖੋ ਜੀ ਮੈਨੂੰ ਬਹੁਤ ਜ਼ਿਆਦਾ ਹੈਗਾ, ਅਤੇ ਮੈਨੂੰ ਮੈਂ ਸਾਰੀ ਟੀਮ ਦਾ ਹਰਜੀਤ ਸਿੰਘ, ਰਿੱਕੀ ਬਾਈ ਉਹਨਾਂ ਦਾ ਜਿਹੜੇ ਡਾਇਰੈਕਟਰ ਨੇ ਸਾਡੇ, ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਅਤੇ ਮੇਰੇ 'ਤੇ ਟਰੱਸਟ ਕੀਤਾ ਵੀ ਮੈਂ ਉਹਨਾਂ ਦੇ ਕਰੈਕਟਰ ਨੂੰ ਜਸਟੀਫਾਈ ਕਰਕੇ ਜਸਟਿਸ ਕਰ ਸਕਦਾ ਗਾ। ਅਤੇ ਜ਼ਿੰਮੇਵਾਰੀਆਂ ਜ਼ਰੂਰ ਵੱਧ ਗਈਆਂ, ਪਹਿਲਾਂ ਮੈਨੂੰ ਹੁੰਦਾ ਸੀ ਮੈਂ ਜਦੋਂ ਕਿਸੇ ਹੋਰ ਮੂਵੀ 'ਚ ਆਪਾਂ ਕੰਮ ਕਰਦੇ ਹਾਂ, ਵੈਨਲੀ 'ਚ ਬੈਠੇ ਆਪਦਾ ਟੇਕ ਦਿੱਤਾ ਫਿਰ ਬਹਿ ਗਏ ਆਰਾਮ ਨਾਲ ਘਰੇ ਚਲੇ ਗਏ। ਹੁਣ ਥੋੜ੍ਹਾ ਇਹ ਹੁੰਦਾ ਹੈਗਾ ਵੀ ਮੈਂ ਆ ਜਾਂਦਾ, ਮੇਰਾ ਸੀਨ ਹੋਵੇ ਨਾ ਹੋਵੇ ਮੈਂ ਸੈੱਟ 'ਤੇ ਪਹੁੰਚਦਾ, ਕਿਉਂਕਿ ਸਾਰੇ ਆਰਟਿਸਟ ਸਾਰੇ ਜਾਣਦੇ ਨੇ ਆਪਾਂ ਨੂੰ ਵਧੀਆ, ਤਾਂ ਉਹਨਾਂ ਨਾਲ ਪਿਆਰ ਬਹੁਤ ਹੈ, ਉਹਨਾਂ ਦੇ ਸੀਨ ਵੀ ਦੇਖੀ ਦੇ ਨੇ। ਆਪਣੇ ਸਾਡੇ ਰਾਈਟਰ ਸਾਹਿਬ ਨਰਿੰਦਰ ਜੀ, ਨਰਿੰਦਰ ਅਵਰਸਰੀ ਆ, ਉਹ ਵੀ ਔਨ ਸੈੱਟ ਹੀ ਹੁੰਦੇ ਨੇ, ਉਹ ਡਿਸਕਸ ਕਰਦੇ ਰਹਿੰਦੇ ਆ ਵੀ ਕਿਹੜੇ ਸੀਨ 'ਚ ਕੀ ਇੰਪਰੂਵਮੈਂਟ ਹੋ ਸਕਦੀ ਹੈਗੀ, ਤਾਂ ਜ਼ਿੰਮੇਵਾਰੀਆਂ ਬਹੁਤ ਵੱਧ ਗਈਆਂ ਨੇ ਕਿਉਂਕਿ ਲੋਕਾਂ ਦੀ ਕਚਹਿਰੀ 'ਚ ਆਉਣਾ ਗਾ, ਐਜ਼ ਏ ਲੀਡ ਮੈਂ ਆ ਰਿਹਾ ਤਾਂ ਮੇਰਾ ਫਰਜ਼ ਬਣਦਾ ਕਿ ਵਧੀਆ ਤਰੀਕੇ ਨਾਲ ਮੈਂ ਪ੍ਰੋਡਕਟ ਲੈ ਕੇ ਆਵਾਂ। ਇਹ ਸਾਨੂੰ ਜਾਣਕਾਰੀ ਮਿਲੀ ਹੈ ਲੋਕੇਸ਼ਨ ਸ਼ੂਟ ਕਰਦੇ ਹਾਂ ਕਿ ਤੁਸੀਂ ਪੂਨਮ ਸੂਦ ਜੀ ਨਾਲ ਰੋਮਾਂਟਿਕ ਸੀਨ ਕਰ ਚੁੱਕੇ ਹੋ, ਉਹਦੇ ਸਾਨੂੰ ਦੱਸੋ ਤੁਸੀਂ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਹੁਣ? ਵਧੀਆ ਤਾਂ ਲੱਗ ਰਿਹਾ ਹੋਊਗਾ ਵੀ ਔਖਾ ਜਗ੍ਹਾ ਵੈਸੇ ਹੋ। ਐਕਚੁਲੀ ਮੈਂ ਪੰਜਾਬੀ ਸਿੱਧੀ ਗੱਲ ਦੱਸਾਂ, ਮੈਨੂੰ ਬੜੀ ਸੰਗ ਲੱਗੀ ਵੀ ਉੱਦਾਂ ਮੈਂ ਕੋਈ ਮੈਂ ਪਹਿਲਾਂ ਰੋਮਾਂਟਿਕ ਸੀਨ ਨਹੀਂ ਕੀਤੇ, ਪਹਿਲਾਂ ਮੈਂ ਸੀਰੀਅਲ ਕੀਤਾ ਸੀ ਅੱਖੇ ਤੋਂ ਦੂਰ ਜਾਈ ਨਾ, ਬਟ ਉਹਦੇ 'ਚ ਇੱਕ ਸੀਗਾ ਕਰੈਕਟਰ ਦੀ ਲਿਮਿਟੇਸ਼ਨ ਸੀਗੀਆਂ, ਉੱਥੇ ਤੱਕ ਹੀ ਰਹਿੰਦਾ ਉਹ, ਬਟ ਇਹਦੇ 'ਚ ਥੋੜ੍ਹਾ ਹੁਣ ਫਿਲਮ ਦੇ ਹਿਸਾਬ ਨਾਲ ਥੋੜ੍ਹੇ ਸੀਨ ਹੈਗੇ ਰੋਮਾਂਟਿਕ, ਤਾਂ ਮੈਨੂੰ ਬੜੀ ਸੰਗ ਲੱਗਦੀ ਹੈ, ਬਟ ਪੂਨਮ ਬਹੁਤ ਕੋਆਪਰੇਟਿਵ ਨੇ, ਬੜੇ ਵਧੀਆ ਤਰੀਕੇ ਨਾਲ ਅਸੀਂ ਸੀਨ ਕੀਤੇ ਨੇ ਉਹ, ਤਾਂ ਮੈਨੂੰ ਚਲੋ ਬਾਅਦ 'ਚ ਫੀਲ ਨਹੀਂ ਹੋਇਆ ਉਹਨਾਂ ਨੇ ਮੇਰੀ ਸੰਗ ਘਟਾਈ, ਡਾਇਰੈਕਟਰ ਸਾਹਿਬ ਨੇ ਬਹੁਤ ਹੈਲਪ ਕੀਤੀ ਅਤੇ ਉਹ ਸੀਨ ਸਾਡੇ ਵਧੀਆ ਹੋ ਗਏ। ਇਹ ਫੀਲ ਵਾਲੀ ਗੱਲ ਮੈਂ ਚੱਕਣ ਦੁਆਰਾ ਮੈਂ ਮੈਡਮ ਤੋਂ ਵੀ ਪਤਾ ਲੱਗਾ, ਮੈਨੂੰ ਮੈਡਮ ਕਹਿੰਦੇ ਵੀ ਗਰਮੀ ਨਹੀਂ ਸੀਗੀ, ਡਾਇਰੈਕਟਰ ਸਾਹਿਬ ਕਹਿੰਦੇ ਸੀ ਫੀਲਿੰਗ ਨਾ ਕਰੋ, ਮੈਡਮ ਕਹਿੰਦੇ ਇੰਨੀ ਗਰਮੀ 'ਚੋਂ ਫੀਲਿੰਗ ਆ ਨਹੀਂ ਰਹੀ, ਤੁਹਾਨੂੰ ਆ ਰਹੀ ਸੀਗੀ ਜ਼ਬੂਰੀ? ਤੁਸੀਂ ਬਾਹਰ ਦੇਖ ਹੀ ਲਿਆ ਵੀ ਕਿੰਨੀ ਤਪਦੀ ਧੁੱਪ ਹੈ, ਗਰਮੀ ਹੈ, ਉਹ ਇਸ ਗਰਮੀ ਦੇ ਵਿੱਚ ਤੁਹਾਨੂੰ ਕੋਈ ਕਹੇ ਵੀ ਹਾਂਜੀ ਤੁਸੀਂ ਹੁਣ ਹੱਥ ਫੜ ਕੇ ਕਹਿਣਾ ਗਾ ਵੀ ਆਹ ਫੀਲ ਕਰਾਉਣਾ ਗਾ ਵੀ ਬਹੁਤ ਪਿਆਰ ਕਰਦਾ ਹੈ, ਉਹ ਕਿੱਥੇ ਗਰਮੀ ਇੱਥੋਂ ਜੋ ਚੁੰਮ ਕੇ ਅੰਦਰ ਨੂੰ ਜਾਂਦੀ ਹੈ ਨਾ, ਉਹ ਫੀਲਿੰਗ ਦੇਣੀ ਬੜੀ ਔਖੀ ਲੱਗਦੀ ਹੈ, ਟਫ ਸੀਗਾ ਟਾਸਕ ਇਹ, ਬਟ ਹੋ ਗਿਆ ਵਧੀਆ, ਸਾਰੀ ਟੀਮ ਨੇ ਕੋਆਪਰੇਟ ਕੀਤਾ। ਭਾਜੀ ਕਰੈਕਟਰ ਕਿੱਦਾਂ ਦਾ ਤੁਹਾਡਾ ਇਸ ਮੂਵੀ ਦੇ ਵਿੱਚ? ਇਹ ਜਿਹੜਾ ਕਰੈਕਟਰ ਹੈਗਾ ਜੀ, ਕਰੈਕਟਰ ਦਾ ਨਾਮ ਹੈ ਆਜ਼ਾਦ, ਜ਼ਿਆਦਾ ਮੈਂ ਨਹੀਂ ਦੱਸ ਸਕਦਾ ਕਿਉਂਕਿ ਡਾਇਰੈਕਟਰ ਸਾਹਿਬ ਦਾ ਡੰਡਾ ਉੱਪਰ ਹੈਗਾ, ਤਾਂ ਉਹ ਇੱਕ ਜਿੱਦਾਂ ਦੇ ਮੈਂ ਪਹਿਲਾਂ ਕਰੈਕਟਰ ਕੀਤੇ ਨੇ ਸਾਰੇ, ਉਹਨਾਂ ਸਾਰਿਆਂ ਦਾ ਮੰਨ ਲਓ ਵੀ ਮੇਰੇ ਲਈ ਐਜ਼ ਐਨ ਐਕਟਰ ਇੱਕ ਮਿਕਸਚਰ ਹੈ ਵੀ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਸਾਰੀਆਂ ਚੀਜ਼ਾਂ ਹਰ ਕਰੈਕਟਰ ਦੀਆਂ ਮੈਂ ਇਸ ਫਿਲਮ ਦੇ ਵਿੱਚ ਲੈ ਕੇ ਆਊਂਗਾ। ਰੋਮਾਂਟਿਕ ਵੀ ਤੁਸੀਂ ਦੱਸਿਆ ਹੁਣ ਰੋਮਾਂਟਿਕ ਹੈਗਾ, ਅਤੇ ਐਕਸ਼ਨ ਫਿਲਮ ਹੈ ਤਾਂ ਐਕਸ਼ਨ ਪੂਰਾ ਫਿਲਮ ਦੇ ਵਿੱਚ ਉਹ ਕਰੈਕਟਰ ਐਕਸ਼ਨ ਵੀ ਕਰਦਾ ਹੈਗਾ, ਅਤੇ ਜਿਹੜੇ ਉਹਦੇ ਨਾਲ ਉਹਦਾ ਮਾਮੇ ਦਾ ਇੱਕ ਕਰੈਕਟਰ ਹੈ ਸਰਦਾਰ ਸੋਹੀ ਸਾਹਿਬ ਕਰ ਰਹੇ ਨੇ ਉਹ, ਤਾਂ ਉਹਨਾਂ ਦੀ ਆਪਸ 'ਚ ਬੜੀ ਅੱਛੀ ਟੋਨਿੰਗ ਹੁੰਦੀ ਹੈ, ਉਹ ਲਾਈਟ ਨੇ ਥੋੜ੍ਹੇ ਕੌਮਿਕ ਨੇ, ਅਤੇ ਉਹ ਥੋੜ੍ਹਾ ਡਾਰਕ ਜ਼ੋਨ ਦਾ ਕਰੈਕਟਰ ਹੈ, ਤਾਂ ਬੜਾ ਮਤਲਬ ਇੰਟਰਸਟਿੰਗ ਹੈ, ਮਜ਼ਾ ਆਉਣ ਵਾਲਾ ਹੈਗਾ। ਅਤੇ ਭਾਅ ਜੀ ਸੁਪਨਾ ਤਾਂ ਹਰ ਇੱਕ ਬੰਦੇ ਦਾ ਹੁੰਦਾ ਹੀ ਆ ਵੀ ਐਜ਼ ਏ ਲੀਡ ਆਵਾਂ, ਤੁਹਾਡਾ ਵੀ ਸੁਪਨਾ ਹੋਊਗਾ ਮੇਰੇ ਹਿਸਾਬ ਨਾਲ, ਪਹਿਲਾਂ ਸੀਗਾ ਕਿ ਮੈਂ ਐਜ਼ ਏ ਲੀਡ ਆਵਾਂ? ਹਾਂਜੀ ਬਿਲਕੁਲ, ਮੈਨੂੰ ਲੱਗਦਾ ਹਰ ਆਰਟਿਸਟ ਦਾ ਇਹ ਸੁਪਨਾ ਹੁੰਦਾ ਵੀ ਮੈਂ ਐਜ਼ ਏ ਲੀਡ ਕਿਸੇ ਵੀ ਮੂਵੀ ਦੇ ਵਿੱਚ ਕੰਮ ਕਰਾਂ, ਤਾਂ ਮੇਰਾ ਵੀ ਸੀ, ਮੈਂ ਪਹਿਲਾਂ ਵੀ ਵੈਸੇ ਕਰ ਚੁੱਕਿਆ ਐਜ਼ ਏ ਲੀਡ, ਪਹਿਲਾਂ ਫਿਲਮ ਕੀਤੀ ਸੀ, ਉਸ ਤੋਂ ਬਾਅਦ ਚਲੋ ਫਿਲਮਾਂ ਦਾ ਦੌਰ ਘਟਿਆ, ਦੁਬਾਰਾ ਚੱਲੀਆਂ, ਤਾਂ ਦੁਬਾਰਾ ਉਨੀ ਮਿਹਨਤ ਕੀਤੀ, ਤਾਂ ਅੱਜ ਉਸ ਮੁਕਾਮ 'ਤੇ ਆ ਗਏ। ਲੋਕ ਦਰਸ਼ਕਾਂ ਦੀ ਬਦੌਲਤ ਆ ਸਾਰਾ ਕੁਛ, ਕਿਉਂਕਿ ਉਹਨਾਂ ਨੇ ਪਿਆਰ ਦਿੱਤਾ ਕੰਮ ਨੂੰ, ਪਸੰਦ ਕੀਤਾ, ਤਾਂ ਹੀ ਆਪਣੇ ਡਾਇਰੈਕਟਰ ਸਾਹਿਬ ਨੇ ਨੋਟਿਸ ਕੀਤਾ ਵੀ ਇਹਨੂੰ ਚਾਂਸ ਦਿੱਤਾ ਜਾ ਸਕਦਾ, ਅਤੇ ਮੇਰਾ ਸੁਪਨਾ ਇਹ ਪੂਰਾ ਹੋਣ ਜਾ ਰਿਹਾ। ਬਾਕੀ ਤੁਹਾਡੀ ਕਚਹਿਰੀ 'ਚ ਲੋਕਾਂ ਦੀ ਜਦੋਂ ਆਵਾਂਗੇ ਉਹਨਾਂ ਨੇ ਦੱਸਣਾ ਹੈਗਾ। ਇਹ ਭਾਅ ਜੀ ਕਚਹਿਰੀ ਵਿੱਚ ਕਦੋਂ ਕੁ ਆ ਰਹੇ, ਇੱਕ ਰਫਲੀ ਆਈਡੀਆ ਜੀ? ਰਫਲੀ ਆਈਡੀਆ 2020 'ਚ ਹੀ ਆਵਾਂਗੇ, ਕਿਉਂਕਿ ਫਿਲਹਾਲ ਹਜੇ ਸ਼ੂਟ ਚੱਲ ਰਿਹਾ, ਫਿਰ ਪੋਸਟ ਦਾ ਕੰਮ ਹੋਣਾ, ਤਾਂ ਈਜ਼ੀਲੀ ਆਰਾਮ ਨਾਲ ਸਾਰਾ ਕੰਮ ਤਸੱਲੀ ਨਾਲ ਕਰਕੇ ਆਵਾਂਗੇ। ਅਤੇ ਭਾਅ ਜੀ ਸਾਨੂੰ ਬਹੁਤ ਚੰਗਾ ਲੱਗਾ ਤੁਹਾਡੇ ਸੈੱਟ ਦੇ ਉੱਤੇ ਆ ਕੇ, ਚਾਹੇ ਆਪਾਂ ਗੱਲ ਕਰੀਏ ਸਪੋਟ ਦੀ, ਚਾਹੇ ਪ੍ਰੋਡਕਸ਼ਨ ਟੀਮ ਦੀ, ਚਾਹੇ ਡਾਇਰੈਕਸ਼ਨ ਟੀਮ ਦੀ, ਸਾਰੇ ਇੰਨੇ ਕੋਆਪਰੇਟਿਵ ਹੋਏ ਨੇ, ਭੱਜ ਭੱਜ ਕੇ
ਤੇ ਤੁਹਾਡਾ ਸੀਨ ਹੁਣ ਰੈਡੀ ਆ, ਤੁਸੀਂ ਵੀ ਪਹੁੰਚੋ ਤੇ ਰੋਮਾਂਟਿਕ ਐਂਗਲ ਆਪਣਾ ਦਿਖਾਓ ਜਾ ਕੇ ਜੀ, ਤੇ ਆਪਾਂ ਐਕਸ਼ਨ ਹੋਣ ਵਾਲਾ ਹੈ, ਹੁਣ ਐਕਸ਼ਨ ਹੋਣ ਵਾਲਾ ਹੈ, ਤਾਂ ਹੀ ਭਾਜੀ ਨੇ ਵੀ ਚੱਕਿਆ ਹੋਇਆ ਸਾਰੀ ਪੂਰੀ ਆ ਨਾ ਜੀ, ਤੇ ਭਾਜੀ ਬੈਸਟ ਆਫ ਲੱਕ ਆ ਸਾਡੇ ਵੱਲੋਂ ਜੀ, ਸਾਡੀ ਸਾਰੀ ਟੀਮ ਵੱਲੋਂ। ਥੈਂਕ ਯੂ ਸੋ ਮੱਚ ਪੰਜਾਬੀ ਟੇਸ਼ਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ, ਤੁਹਾਡਾ, ਪੂਰੀ ਟੀਮ ਦਾ, ਜਿੰਨੇ ਵੀ ਕੈਮਰੇ ਤੇ ਨੇ ਬਾਈ ਹੋਣੀ, ਜਸਦੀਪ ਹੋਣੀ ਪੂਰੀ, ਸਾਰੀ ਟੀਮ ਦਾ ਦਿਲੋਂ ਧੰਨਵਾਦ। ਤੇ ਮੈਂ ਤੁਹਾਨੂੰ, ਤੁਸੀਂ ਆਪਾਂ ਵੈਰੰਟੀ ਦੀ ਗੱਲ ਕਰਦੇ ਸੀਗੇ, ਇਹ ਸਾਡੇ ਪਟਿਆਲੇ ਤੋਂ ਆਪਣਾ ਟਿੰਮਾ ਬਾਈ ਹੈ ਜਿਨ੍ਹਾਂ ਦੀ ਵੈਰੰਟੀਜ਼ ਨੇ, ਤੁਸੀਂ ਦੇਖ ਲਓ ਕਿੰਨੀਆਂ ਲਗਜ਼ਰੀ ਵੈਰੰਟੀ ਫੀਲਿੰਗ। ਮੈਂ ਤੁਹਾਨੂੰ ਦੱਸ ਰਿਹਾ ਪੂਰੀ, ਦੇਖੋ ਜੀ ਮਾਈਕਰੋਵੇਵ, ਟੀ ਵੀ, ਐੱਲ ਈ ਡੀ, ਮੈਨੂੰ ਲੱਗਦਾ ਫਾਸਟ ਵੇ ਦਾ ਸੈੱਟ ਆਫ ਬਾਕਸ ਵੀ, ਅਤੇ ਛੋਟੀ ਫਰਿੱਜ ਵੀ, ਫਸਟ ਸੈੱਟ ਆਫ ਬਾਕਸ ਮੈਂ ਕਦੇ ਨਹੀਂ ਦੇਖਿਆ ਕਿਸੇ ਵੀ ਵੈਰੰਟੀ ਦੇ ਵਿੱਚ। ਇਹ ਉਹ ਭਰਾ ਦੀ ਬਦੌਲਤ, ਤਾਂ ਉਹਨਾਂ ਦਾ ਵੀ ਥੈਂਕ ਯੂ, ਉਹ ਇੰਨਾ ਕੋਆਪਰੇਟ ਕਰ ਰਹੇ ਨੇ, ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਫਿਲਮ ਜਦੋਂ ਆਊਗੀ ਉੱਚਾ ਪਿੰਡ, ਤਾਂ ਤੁਸੀਂ ਉਹਨੂੰ ਜ਼ਰੂਰ ਦੇਖ ਕੇ ਆਇਓ, ਅਤੇ ਫੀਡਬੈਕ ਵੀ ਦਿਓ ਕਿਵੇਂ ਲੱਗੀ ਤੁਹਾਨੂੰ, ਅਤੇ ਮੇਰੇ ਲਈ ਦੁਆਵਾਂ ਕਰੋ ਜਿਹੜੇ ਪਿਆਰ ਕਰਨ ਵਾਲੇ ਨੇ, ਵੀ ਤੁਹਾਡੀ ਕਚਹਿਰੀ 'ਚ ਅਸੀਂ ਸਹੀ ਤਰੀਕੇ ਨਾਲ ਆਈਏ ਅਤੇ ਤੁਸੀਂ ਪਸੰਦ ਕਰੋ। ਥੈਂਕ ਯੂ ਸੋ ਮੱਚ। ਅਤੇ ਇਹ ਸੀਗੇ ਸਾਡੇ ਨਾਲ ਨਵਦੀਪ ਕਲੇਰ ਜੀ, ਅਤੇ ਆਲਮੋਸਟ ਮੇਰੇ ਹਿਸਾਬ ਦੇ ਨਾਲ ਵੀ ਸ਼ੂਟ ਜਿਹੜਾ ਆਪਾਂ ਕੀਤਾ ਲੋਕੇਸ਼ਨ 'ਤੇ ਉਹ ਖਤਮ ਹੋ ਚੁੱਕਾ ਜੀ, ਜੇ ਕੋਈ ਹੋਰ ਸਾਨੂੰ ਕਰੈਕਟਰ ਮਿਲਿਆ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਮਿਲਾਂਗੇ। ਅਤੇ ਉੱਚਾ ਪਿੰਡ ਫਿਲਮ 2020 ਦੇ ਵਿੱਚ ਰਿਲੀਜ਼ ਹੋਣ ਵਾਲੀ ਆ, ਤਿਆਰੀਆਂ ਹੁਣ ਤੋਂ ਹੀ ਰੱਖ ਲਓ, ਕਿਉਂਕਿ ਸੈੱਟ ਦੇ ਉੱਪਰ ਇਹਨਾਂ ਨੂੰ ਸ਼ੂਟ ਕਰਨ ਦਾ ਇੰਨਾ ਮਜ਼ਾ ਆ ਰਿਹਾ, ਅਸੀਂ ਜਦੋਂ ਉਹਨਾਂ ਨੂੰ ਕਵਰ ਕਰਦੇ ਸਾਨੂੰ ਬਹੁਤ ਮਜ਼ਾ ਆ ਰਿਹਾ ਸੀਗਾ, ਅਤੇ ਤੁਹਾਨੂੰ ਫਿਲਮ ਦੇਖਣ ਦੇ ਵਿੱਚ ਕਿੰਨਾ ਮਜ਼ਾ ਆਊਗਾ ਤੁਸੀਂ ਆਪ ਹੀ ਸੋਚ ਸਕਦੇ, ਕਿਉਂਕਿ ਇੰਨੀ ਗਰਮੀ ਦੇ ਵਿੱਚ ਇੰਨੀ ਮਿਹਨਤ, ਹਰ ਇੱਕ ਐਂਗਲ ਤੋਂ ਮਿਹਨਤ ਕੀਤੀ ਜਾ ਰਹੀ ਹੈ, ਅਤੇ ਮਿਹਨਤ ਨੂੰ ਫਲ ਪਰਮਾਤਮਾ ਜ਼ਰੂਰ ਲਾਉਂਦਾ, ਅਤੇ ਸਾਡੇ ਵਿਊਜ਼ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਜਦੋਂ ਇੰਨੀ ਮਿਹਨਤ ਨਾਲ ਕੋਈ ਸਬਜੈਕਟ ਬਣਦਾ, ਕੋਈ ਵੱਖਰੀ ਚੀਜ਼ ਮਾਰਕੀਟ ਦੇ ਵਿੱਚ ਆਉਂਦੀ ਆ, ਅਤੇ ਅਸੀਂ ਉਹਨੂੰ ਪਿਆਰ ਜ਼ਰੂਰ ਦਈਏ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇਸ ਫਿਲਮ ਨੂੰ ਬਹੁਤ ਪਿਆਰ ਕਰੋਗੇ। ਇੱਦਾਂ ਦੀਆਂ ਅਪਡੇਟਸ ਲਈ ਦੇਖਦੇ ਰਹੋ ਪੰਜਾਬੀ ਟੇਸ਼ਨ। ਜਿੱਦਾਂ ਹੀ ਸਾਡੇ ਕੋਲ ਉੱਚਾ ਪਿੰਡ ਫਿਲਮ ਦੀ ਕੋਈ ਹੋਰ ਜਾਣਕਾਰੀ ਲੀਕ ਹੁੰਦੀ ਹੈ, ਸੈੱਟ ਤੋਂ ਵੈਸੇ ਹੋਣ ਨਹੀਂ ਦਿੰਦੇ ਹੈਗੇ, ਇਹਨਾਂ ਨੇ ਪੂਰੇ ਸਟ੍ਰਿਕਟ ਆ, ਡਾਇਰੈਕਟਰ ਸਾਹਿਬ ਸਾਰੇ ਬੰਦੇ ਇਹਨਾਂ ਨੇ ਬੰਨ ਕੇ ਰੱਖਿਆ, ਸਾਡੇ ਕੋਲ ਪਹੁੰਚਦੇ ਸੀ, ਤੁਹਾਡੇ ਨਾਲ ਪੰਜਾਬੀ ਟੇਸ਼ਨ ਦੇ ਉੱਪਰ ਜ਼ਰੂਰ ਸ਼ੇਅਰ ਕਰਾਂਗੇ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਦੇਖਦੇ ਰਹੋ ਪੰਜਾਬੀ ਟੇਸ਼ਨ। ਪ੍ਰੋਡਕਸ਼ਨ ਵਾਲੇ ਨਾ ਆਪਾਂ ਨੂੰ ਦੋ ਬੰਦੇ ਲੱਭੇ ਨਹੀਂ, ਇੱਕ ਰਾਜ ਭਾਅ ਜੀ, ਇੱਕ ਸਿਮਰ ਭਾਅ ਜੀ, ਲੱਭਦੇ ਆ ਜਾਓ, ਅਗਲੀ ਬੈਂਟੀ ਚੱਲਦੇ ਹਾਂ, ਆ ਜਾਓ ਮੇਰੇ ਨਾਲ। ਟੈਂ ਟੈਂ ਟੈਂ, ਦੇਖਤੇ ਹੈ ਕਹਾਂ ਪਰ ਹੈ, ਮੈਨੂੰ ਆਵਾਜ਼ਾਂ ਤਾਂ ਇਸ ਬੈਂਟੀ 'ਚੋਂ ਆ ਰਹੀਆਂ, ਆ ਜਾਓ ਲੱਭਦੇ ਹਾਂ। ਹਾਂ ਹਾਂ ਹਾਂ, ਪ੍ਰੋਡਕਸ਼ਨ ਟੀਮ ਨੂੰ ਅਸੀਂ ਬਹੁਤ ਦੂਰ ਤੋਂ ਲੱਭ ਰਹੇ ਹਾਂ, ਅਤੇ ਪ੍ਰੋਡਕਸ਼ਨ ਟੀਮ ਸਾਨੂੰ ਲੱਭੀ ਆ ਬੈਂਟੀ ਦੇ ਵਿੱਚ। ਰਾਜ ਭਾਅ ਜੀ ਕਿੱਧਰ ਤੁਸੀਂ ਹੋ, ਸਿਮਰ ਭਾਅ ਜੀ ਵੀ ਖੜ੍ਹੇ ਹੋ, ਭਾਜੀ ਵੀ ਖੜ੍ਹੇ ਆ, ਇਹ ਪ੍ਰੋਡਕਸ਼ਨ ਵਾਲੀ ਬੈਂਟੀਆਂ 'ਚ ਕੀ ਕਰ ਰਹੇ, ਮੈਨੂੰ ਦੱਸੋ ਮਾੜਾ ਜਿਹਾ। ਪਲੈਨਿੰਗ ਕਰ ਰਹੇ ਸਰ। ਪਲੈਨਿੰਗ, ਅੱਛਾ ਪਲੈਨਿੰਗ ਵਾਰੰਟੀ ਦੇ ਵਿੱਚ। ਹੋਰ ਭਾਅ ਜੀ ਕਿਵੇਂ ਚੱਲ ਰਿਹਾ ਉੱਚਾ ਪਿੰਡ ਦਾ ਸ਼ੂਟ? ਭਾਅ ਜੀ ਬੈਠੋ ਪਲੀਜ਼, ਸਿਮਰ ਭਾਅ ਜੀ ਬੈਠੋ ਬੈਠੋ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਹੁਤ ਵਧੀਆ ਜੀ, ਬਹੁਤ ਵਧੀਆ। ਕਿਵੇਂ ਚੱਲ ਰਿਹਾ ਉੱਚਾ ਪਿੰਡ ਦਾ ਕੰਮ ਜੀ? ਬਹੁਤ ਵਧੀਆ, ਬਾਕੀ ਤੁਸੀਂ ਦੱਸੋ ਕੀ ਮਿਲਦੇ? ਭਾਅ ਜੀ ਅਸੀਂ ਤਾਂ ਪੂਰਾ ਮਜ਼ਾ ਆਇਆ ਨਾ ਬਈ, ਇੰਨੀ ਗਰਮੀ ਪਰ ਇੰਨੀ ਡੈਡੀਕੇਸ਼ਨ, ਚਾਹੇ ਉਹ ਡਾਇਰੈਕਸ਼ਨ ਟੀਮ ਆ, ਚਾਹੇ ਪ੍ਰੋਡਕਸ਼ਨ ਟੀਮ ਆ, ਚਾਹੇ ਆਰਟਿਸਟ ਆ, ਚਾਹੇ ਸਪੋਟ ਆ, ਚਾਹੇ ਮੇਕਅਪ ਆ, ਇੰਨਾ ਜਜ਼ਬਾ ਤੁਸੀਂ ਕਿੱਦਾਂ ਭਰ ਦੇਣਾ ਅੰਦਰ? ਇਹੀ ਸਾਡਾ ਕੰਮ ਹੈ, ਜਜ਼ਬਾ ਭਰਨਾ ਹੀ ਸਾਡਾ ਕੰਮ ਹੈ, ਪ੍ਰੋਡਕਸ਼ਨ ਹੀ ਇਹ ਕਰਦੀ ਹੈ ਸਾਰਾ ਕੁਝ ਜੀ। ਅਤੇ ਮੂਵੀ ਬਾਰੇ ਦੱਸੋ ਸਾਨੂੰ ਥੋੜ੍ਹਾ ਜਿਹਾ। ਸਰ ਮੂਵੀ ਸਾਡੀ ਬਹੁਤ ਵਧੀਆ ਹੈ, ਲੇਕਿਨ ਇਸ 'ਚ ਸਾਡੀ ਮਿਹਨਤ ਬਹੁਤ ਲੱਗੀ ਹੋਈ, ਸਭ ਦੀ ਮਿਹਨਤ ਲੱਗੀ ਪਈ ਜੀ, ਪਰ 34-35 ਲੋਕੇਸ਼ਨ ਹੈ ਸਾਡੀ ਜੀ, ਬਹੁਤ ਔਖੀਆਂ ਅਰੇਂਜ ਕਰੀਆਂ ਆਪਣੀਆਂ, ਬੜੀ ਹਾਰਡ ਵਰਕ ਕਰੀ ਸਿਮਰ ਬਾਈ ਨੇ ਕਰੀ, ਬਾਕੀ ਤੁਹਾਨੂੰ ਸਿਮਰ ਬਾਈ ਦੱਸਣਗੇ ਸਾਰਾ। ਅਤੇ ਬਾਈ ਦੱਸੋ ਲੋਕੇਸ਼ਨ ਹੰਟਿੰਗ ਬਾਰੇ ਵੀ, ਕਿੱਦਾਂ ਪਲਾਨ ਆਊਟ ਕੀਤਾ, ਵੀ ਕਿੱਦਾਂ ਤੁਹਾਡੇ ਸਟੋਰੀ ਆਈ, ਕਿੰਨਾ ਕੁ ਟਾਈਮ ਲੱਗ ਗਿਆ ਇਸ ਚੀਜ਼ ਨੂੰ ਪ੍ਰੀ ਪਲਾਨ ਕਰਨ ਨੂੰ? ਇਹ ਪਹਿਲਾਂ ਇਹ ਰਿੱਕੀ ਭਾਈ ਦੀ ਫਿਲਮ ਹੈ, ਉਹਨਾਂ ਨੇ ਬੁਲਾਇਆ ਸਾਨੂੰ ਕਿ ਹਾਂਜੀ ਆਹ ਲੋਕੇਸ਼ਨਾਂ ਨੇ, ਫਿਰ ਅਸੀਂ ਉਸ ਰਿਗਾਰਡਿੰਗ ਲੋਕੇਸ਼ਨਾਂ ਦੇਖਣੀਆਂ ਸ਼ੁਰੂ ਕੀਤੀਆਂ, ਦੇਖ ਕੇ ਅਸੀਂ ਫਿਰ ਲੋਕੇਸ਼ਨਾਂ 35 ਦੇ ਕਰੀਬ ਲੋਕੇਸ਼ਨਾਂ ਨੇ, ਪੁਰਾਣੀਆਂ ਲੋਕੇਸ਼ਨਾਂ ਚਾਹੀਦੀਆਂ ਸਾਨੂੰ, ਇਹਦੇ ਵਿੱਚ ਕੋਈ ਟਾਈਮ ਪੀਰੀਅਡ ਨਹੀਂ ਹੈਗਾ, ਟਾਈਮ ਪੀਰੀਅਡ ਨਹੀਂ ਹੁੰਦਾ, ਆਪਾਂ ਇੱਕ ਔਰਾ ਬਣਾ ਰੱਖਿਆ ਇਹਦਾ ਕਿ ਹਾਂ ਵੀ ਨਾ ਪੁਰਾਣਾ ਨਾ ਨਵਾਂ, ਵਿੱਚ ਵਿਚਾਲੇ ਵਾਲਾ ਸਿਸਟਮ ਆਪਾਂ ਦਿਖਾਉਣਾ ਸਾਰਾ। ਉਵੇਂ ਫਿਰ ਅਸੀਂ ਪੁਰਾਣੀਆਂ ਹਵੇਲੀਆਂ ਲੱਭੀਆਂ, ਪੁਰਾਣੇ ਗਲੀਆਂ, ਪੁਰਾਣੀਆਂ ਹਵੇਲੀਆਂ, ਫਿਲਮ ਦਾ ਨਾਮ ਉੱਚਾ ਪਿੰਡ ਹੈ, ਉਹਦੇ ਰਿਗਾਰਡਿੰਗ ਫਿਰ ਉੱਚੀਆਂ ਉੱਚੀਆਂ ਸਾਨੂੰ ਗਲੀਆਂ ਚਾਹੀਦੀਆਂ, ਉਹ ਲੱਭੀਆਂ, ਮਤਲਬ ਕਿ ਮਿਹਨਤ ਬਹੁਤ ਕੀਤੀ ਹੈ ਭਾਅ ਜੀ। ਉੱਚਾ ਪਿੰਡ ਫਿਲਮ ਆ, ਅਤੇ ਉੱਚੀਆਂ ਗੱਲਾਂ, ਅਤੇ ਝਾਤੀਆਂ ਮਾਰ ਰਿਹਾ ਹਰਦੀਪ ਭਾਅ ਜੀ, ਲੰਘੇ ਹੋ ਤੁਸੀਂ ਵੀ, ਇਹ ਝਾਤੀਆਂ ਮਾਰੀ ਜਾਂਦੇ ਹਾਂ, ਕੁਛ ਨਹੀਂ ਇੱਦਾਂ ਦੀ ਚੀਜ਼ ਨਹੀਂ ਚੱਲ ਰਹੀ, ਇੰਟਰਵਿਊ ਚੱਲ ਰਹੀ ਆ ਤੁਹਾਡੇ ਬਾਈਆਂ ਦੀ, ਪਹੁੰਚੋ ਭਾਅ ਜੀ। ਬਾਹਰ ਕਿੰਨੀ ਕੁ ਗਰਮੀ ਆ? ਬਹੁਤ ਗਰਮੀ ਹੈ ਭਾਅ ਜੀ, ਅਤੇ ਇੰਨੀ ਗਰਮੀ 'ਚ ਕੰਮ ਤੁਸੀਂ ਭੱਜੇ ਨੱਠੇ ਫਿਰਦੇ ਆ? ਬਸ ਭਾਅ ਜੀ ਆਦਤ ਪਈ ਹੋਈ ਆ, ਹੁਣ ਕਰਾਂਗੇ ਕੰਮ ਤਾਂ, ਅਤੇ ਕੰਮ ਤਾਂ ਜ਼ਰੂਰੀ ਆ, ਕੰਮ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਭਾਅ ਜੀ। ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਵੀ ਮੌਸਮ ਇੱਕ ਨਾ ਕਾਫੀ ਚੈਲੇਂਜਿੰਗ ਚੀਜ਼ ਹੋ ਜਾਂਦੀ ਹੈ ਬੰਦੇ ਲਈ, ਕਈ ਵਾਰੀ ਬੰਦਾ ਜੋ ਜ਼ਿਆਦਾ ਟੈਂਪਰੇਚਰ ਵੀ ਹੁੰਦਾ ਨਾ, ਪ੍ਰੋਡਕਸ਼ਨ ਦੇ ਸਿਰ 'ਤੇ ਵੀ ਕਾਫੀ ਬਟਨ ਬਣ ਜਾਂਦੇ, ਚਾਹੇ ਪਾਣੀ ਦਾ, ਚਾਹੇ ਖਾਣ
ਬਟ ਦੇਖਣ ਵਾਲਾ ਜ਼ਰੂਰ ਲੱਗਦਾ ਬਹੁਤ ਔਖਾ ਕੰਮ ਹੈ ਇੱਦਾਂ, ਲੇਕਿਨ ਸਾਨੂੰ ਔਖਾ ਨਹੀਂ ਲੱਗਦਾ, ਸਾਨੂੰ ਸੌਖਾ ਹੀ ਲੱਗਦਾ ਯਾਰ। ਇਹ ਭਾਅ ਜੀ ਸਾਨੂੰ ਨੌਲੇਜ ਕਿਸੇ ਨੇ ਦਿੱਤੀ ਵੀ ਫਿਲਮ ਰਿਲੀਜ਼ ਕਦੋਂ ਹੋ ਰਹੀ ਹੈ, ਤੁਸੀਂ ਇਹ ਪ੍ਰੋਡਕਸ਼ਨ ਟੀਮ ਸਾਨੂੰ ਥੋੜ੍ਹਾ ਆਈਡੀਆ ਦੇ ਦਿਓ? ਇਹ ਹੀ ਸਾਡੇ ਲਈ ਇੱਕ ਚੰਗੀ ਚੀਜ਼ ਹੈ ਕਿ ਆਪਾਂ ਪਹਿਲਾਂ ਟਿਕਾ ਕੇ ਫਿਲਮ ਬਣਾਉਣੀ ਹੈ, ਉਦੋਂ ਬਾਅਦ ਜਦੋਂ ਐਂਡ ਵਾਲੇ ਦਿਨਾਂ 'ਚ 3-4 ਦਿਨ ਜਾਣਗੇ ਉਦੋਂ ਅਸੀਂ ਰਿਲੀਜ਼ਿੰਗ ਡੇਟ ਫਾਈਨਲ ਕਰਾਂਗੇ ਜੀ। ਅਤੇ ਹਰਦੀਪ ਭਾਅ ਜੀ ਸੈੱਟ ਦੇ ਉੱਤੇ ਸਭ ਤੋਂ ਵੱਧ ਖੱਪ ਕੌਣ ਪਾਉਂਦਾ? ਇੱਕ ਬੰਦਾ ਹੁੰਦਾ ਜਿਹੜਾ ਸੈੱਟ ਦੇ ਉੱਤੇ ਐਲਤਾਂ ਬਹੁਤ ਕਰਦਾ, ਉਹ ਕੌਣ? ਐਲਤਾਂ ਕਰਨ ਵਾਲੇ ਭਾਅ ਜੀ ਆਪਣੇ ਮਨੀ ਕੁਲਾਰ ਭਾਅ ਜੀ ਹੈ, ਜਿਹੜੇ ਸੈੱਟ ਦੇ ਉੱਤੇ ਇੱਦਾਂ ਦੇ ਹੈਗੇ ਰੌਣਕ ਲਾਉਂਦੇ ਆ। ਹਾਂਜੀ ਹਾਂਜੀ। ਤੇ ਫਿਰ ਰੌਣਕ ਵਾਲਿਆਂ ਨੂੰ ਕੰਟਰੋਲ ਕੌਣ ਕਰਦਾ ਭਾਅ ਜੀ? ਅਸੀਂ ਨਾਲ ਨਾਲ ਰੌਣਕਾਂ ਲਾ ਲੈਂਦੇ ਹਾਂ। ਫਿਰ ਇਹਨੂੰ ਕੰਟਰੋਲ ਕੌਣ ਕਰਦਾ ਜੀ? ਇਹੀ ਸਾਡਾ ਭੱਜਣ ਨੱਠਣ ਦਾ ਉਹ ਹੈ। ਅਤੇ ਭਾਅ ਜੀ ਐਨਰਜੀ ਲੈਵਲ ਤਾਂ ਪੂਰਾ ਚਾਹੀਦਾ ਆ ਫਿਲਮ ਦੇ ਉੱਤੇ, ਜਿਸ ਹਿਸਾਬ ਦੇ ਨਾਲ ਮਤਲਬ ਤੁਹਾਡੇ ਕੋਲ ਕਹਾਣੀ ਆਈ ਸੀ ਉਸ ਹਿਸਾਬ ਦੇ ਨਾਲ ਸ਼ੂਟ ਚੱਲ ਰਿਹਾ ਫਿਲਮ ਦਾ? ਬਹੁਤ ਵਧੀਆ ਚੱਲ ਰਿਹਾ, ਮਤਲਬ ਸੈਟੀਸਫਾਈ ਹੋ ਤੁਸੀਂ ਵਰਕ ਦੇ ਨਾਲ? ਵੀ ਕਈ ਇੱਕ ਵਾਰੀ ਪ੍ਰੋਡਕਸ਼ਨ ਟੀਮ ਦੀ ਕਈ ਵਾਰੀ ਡਾਇਰੈਕਸ਼ਨ ਟੀਮ ਦੇ ਨਾਲ ਹੋ ਜਾਂਦੀ ਹੈ ਵੀ ਭਾਈ ਆਹ ਚੀਜ਼ ਇੱਦਾਂ ਹੋਣੀ ਹੈ ਇੱਦਾਂ ਹੋਣੀ ਹੈ ਜੀ? ਬਹੁਤ ਵਧੀਆ ਚੱਲ ਰਿਹਾ ਮਤਲਬ ਕੁਛ ਨਹੀਂ, ਸਭ ਪਿਆਰ ਨਾਲ ਸਮਝੋ ਤੇ ਸਭ ਵਧੀਆ ਕੰਮ ਚੱਲ ਰਿਹਾ ਸਾਡਾ। ਇਹ ਮੈਨੂੰ ਇੱਕ ਚੀਜ਼ ਨਹੀਂ ਪਤਾ ਲੱਗੀ, ਕਹਿੰਦੇ ਵੀ 26 ਦਿਨ ਦਾ ਸ਼ੂਟ ਆ, 28 ਦਿਨ ਦਾ ਅਤੇ 35 ਲੋਕੇਸ਼ਨ ਆ, ਇਹ ਕਿੱਦਾਂ ਮੈਨੇਜ ਕਰੋਗੇ ਫਿਰ ਤੁਸੀਂ? ਇਹੀ ਪ੍ਰੋਡਕਸ਼ਨ ਦੇ ਡਾਇਰੈਕਸ਼ਨ ਦੀ ਮੈਨੇਜਮੈਂਟ ਹੈ ਜੀ। ਹਾਂਜੀ, ਇਹੀ ਚੀਜ਼ ਨਾਲ ਹੋਊਗਾ ਸਾਰਾ ਕੁਛ, ਇਹੀ ਮੈਨੇਜ ਕਰਕੇ ਚੱਲਾਂਗੇ ਤਾਂ ਨਿਬੇੜ ਦਿਆਂਗੇ ਜੀ। ਇਹ ਮੈਂ ਟੌਡੀ ਮੌਤ ਗੱਲ ਭਾਅ ਜੀ ਨੂੰ ਪੁੱਛਿਆ ਸੀਗਾ, ਮੈਂ ਕਿਹਾ ਵੀ ਦਿਨ ਦੀ ਸਵਾ ਕਲੋਕੇਸ਼ਨ ਬਣਦੀ ਆ, ਸਵਾ ਕਲੋਕੇਸ਼ਨ ਵੀ ਕਿੱਦਾਂ ਮੈਨੇਜ ਕਰੋਗੇ? ਕਹਿੰਦੇ ਤਾਂ ਪ੍ਰੋਡਕਸ਼ਨ ਟੀਮ ਹੁਣ ਦੇਖੂਗੀ ਉਹਨਾਂ ਨੇ ਕਿੱਦਾਂ ਕਰਨਾ, ਤੁਹਾਡੇ ਮੋਢਿਆਂ ਸਾਰੀਆਂ ਸੁੱਟ ਗਏ ਬੰਦੂਕਾਂ ਬਸ ਲੱਗੇ ਹੋਏ ਆ ਇਸੇ ਚੀਜ਼ 'ਚ, ਨਿਬੇੜ ਕੇ ਵੀ ਦੇਣੀ ਆ ਸਾਨੂੰ। ਰਿੱਕੀ ਭਾਅ ਜੀ ਨੇ ਇੱਕ ਗਿਫਟ ਵੀ ਦੇਣਾ ਇਹ ਚੀਜ਼ 'ਚ, ਗਿਫਟ ਦੱਸੋ ਸਾਨੂੰ। ਨਹੀਂ ਅਸੀਂ 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 ਕਹਿ ਦਈਏ ਨਾ ਮੇਰੇ ਰਿੱਕੀ ਭਾਈ ਨੂੰ, ਭਾਅ ਜੀ 28 ਦਿਨਾਂ 'ਚ ਕਹਿੰਦੇ 24 'ਚ ਕਰ ਦਿੰਦਾ ਗਿਫਟ, ਪਤਾ ਲੱਗੇ ਸਾਨੂੰ? ਨਹੀਂ 30 ਦੀ ਜਗ੍ਹਾ 'ਚ 26 ਜਾਂ 28 ਦਿਨਾਂ 'ਚ ਨਿਬੇੜਨੀ ਹੈ, ਫਿਰ ਰਿੱਕੀ ਭਾਅ ਜੀ ਵੱਲੋਂ ਸਾਨੂੰ ਗਿਫਟ, ਤੁਹਾਨੂੰ ਗਿਫਟ ਮਿਲੂਗਾ। ਅਤੇ ਤੁਸੀਂ ਇਹ ਵਾਅਦਾ ਕਰੋ ਵੀ ਗਿਫਟ ਸਭ ਤੋਂ ਪਹਿਲਾਂ ਤੁਸੀਂ ਪੰਜਾਬੀ ਟੇਸ਼ਨ ਦੱਸਣਾ ਵੀ ਕਿਹੜਾ ਮਿਲਿਆ? ਬਿਲਕੁਲ ਜੀ, ਤੁਹਾਨੂੰ ਦੱਸਾਂਗੇ, ਜ਼ਰੂਰ ਬਿਲਕੁਲ ਦੱਸਾਂਗੇ। ਅਤੇ ਭਾਅ ਜੀ ਸਾਨੂੰ ਬਹੁਤ ਚੰਗਾ ਲੱਗਾ ਤੁਹਾਡੇ ਸੈੱਟ ਦੇ ਉੱਤੇ ਆ ਕੇ, ਤੁਹਾਡੀ ਮੈਨੇਜਮੈਂਟ ਦੇਖ ਕੇ, ਅਤੇ ਗਿਫਟ ਵਾਲੀ ਗੱਲ ਹੁਣ ਤੁਸੀਂ ਯਾਦ ਰੱਖਿਓ, ਅਸੀਂ ਦੁਬਾਰਾ ਆਵਾਂਗੇ ਗਿਫਟ ਜਿੱਦਣ ਤੁਹਾਨੂੰ ਮਿਲਿਆ। ਮੈਨੂੰ ਪਤਾ ਤੁਸੀਂ ਨਿਬੇੜ ਦੇਣੀ ਆ ਪ੍ਰੋਪਰ ਡੈਡੀਕੇਸ਼ਨ ਦੇ ਨਾਲ ਲੱਗੇ ਹੋ, ਤੁਸੀਂ ਮੈਨੂੰ ਲੱਗਦਾ 20 ਦਿਨਾਂ 'ਚ ਇਹਨਾਂ ਨਿਬੇੜ ਦਿਓ ਵੀ ਗਿਫਟ ਸ਼ਾਇਦ ਜ਼ਿਆਦਾ ਵੱਡਾ ਨਾ ਹੋ ਜਾਵੇ। ਅਤੇ ਭਾਅ ਜੀ ਮੈਨੂੰ ਬਹੁਤ ਚੰਗਾ ਲੱਗਿਆ ਵੀਰੇ ਤੁਹਾਡੇ ਨਾਲ ਗੱਲਬਾਤ ਕਰਕੇ, ਥੈਂਕ ਯੂ। ਅਤੇ ਮੂਵੀ ਜੇ ਹਿਸਾਬ ਦੇ ਨਾਲ ਬਣ ਰਹੀ ਹੈ, ਮੈਨੂੰ ਉਮੀਦ ਆ ਵੀ ਇਹ ਸੁਪਰ ਡੁਪਰ ਹਿੱਟ ਹੋਊਗੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ।